ਜੇਕਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕਰਨਾ ਤਾਂ ਉਸਦੇ ਲਈ ਜਗ੍ਹਾ ਜਿਹੜੀ ਉਹ ਖਰੀਦਣੀ ਪਵੇਗੀ ਉਸ ਸਮੇ 78000 ਸੋਨੇ ਦੀਆਂ ਮੋਹਰਾਂ ਧਰਤੀ ਦੇ ਉੱਪਰ ਖੜੀਆਂ ਕਰਕੇ ਗੁਰੂ ਸਾਹਿਬ ਦੇ ਪੁੱਤਰਾਂ ਅਤੇ ਮਾਤਾ ਜੀ ਦੇ ਲਈ ਸੰਸਕਾਰ ਕਰਨ ਦੇ ਲਈ ਉਹਨਾਂ ਦੇ ਲਈ ਜਗ੍ਹਾ ਜਿਹੜੀ ਉਹ ਦੀਵਾਨ ਟੋਡਰਮਲ ਹੋਰਾਂ ਦੇ ਵੱਲੋਂ ਖਰੀਦੀ ਗਈ ਸੀ ਦਾ ਸਿੱਖ ਇਤਿਹਾਸ ਦੀ ਗੱਲ ਕਰ ਲਈਏ ਚਾਹੇ ਚਾਹੇ ਪੂਰੀ ਦੁਨੀਆ ਦੀ ਗੱਲ ਕਰ ਲਈਏ ਤਾਂ ਸਾਰਿਆਂ ਨਾਲੋਂ ਮਹਿੰਗੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਦੀ ਮੂਰਾ ਨੇ ਜਿਹੜੀਆਂ ਸਿੱਧੀਆਂ ਵਛਾਈਆਂ ਜਾਂਦੀਆਂ ਨੇ ਫਿਰ ਕਿਹਾ ਜਾਂਦਾ ਹੈ ਕਿ ਮੂਰਾ ਖੜੀਆਂ ਕਰੋ ਤਾਂ 78000 ਮੂਰਾ ਨੇ ਜਿਹੜੀਆਂ ਉਸ ਸਵਾ ਗੱਜ ਦੀ ਧਰਤੀ ਦੇ ਉੱਪਰ ਖੜੀਆਂ ਕੀਤੀਆਂ ਜਾਂਦੀਆਂ ਤੇ ਜਿਸ ਤੋਂ ਬਾਅਦ ਉਹ ਜਗ੍ਹਾ ਖਰੀਦੀ ਜਾਂਦੀ ਹੈ ਤੇ ਉੱਥੇ ਫਿਰ ਛੋਟੇ ਸਾਹਿਬਜ਼ਾਦੇਆਂ ਅਤੇ ਮਾਤਾ ਗੁਜਰੀ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਂਦਾ ਅੱਜ ਦੇ ਸਮੇਂ ਦੇ ਵਿੱਚ ਦੇਖ ਸਕਦੇ ਹਾਂ ਵੀ ਕਿਵੇਂ ਜਿਹੜੀ ਇਹ ਹਵੇਲੀ ਆ ਉਹ ਟੈ ਟੇਰੀ ਹੋ ਚੁੱਕੀ ਹੈ ਇਟਾਂ ਦੇ ਢੇਰ ਨੇ ਜਿਹੜੇ ਉਹ ਲੱਗੇ ਹੋਏ ਨੇ ਤਾਂ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੀਵਾਨ ਟੋਟਲਵਾਲ ਹੋਰਾਂ ਦੇ ਵੱਲੋਂ ਜਿਹੜੀਆਂ 78000 ਸੋਨੇ ਦੀਆਂ ਮੂਰਾਂ ਸੀਗੀਆਂ ਤਾਂ ਉਸ ਦੀ ਇੱਕ ਤਸਵੀਰ ਬਣਾਈ ਗਈ ਹੈ ਵੀ 70000 ਸੋਨੇ ਦੀਆਂ ਮੋਹਰਾਂ ਖੜਮੇ ਲੋਡ ਖੜਮੇ ਰੂਪ ਦੇ ਵਿੱਚ ਖੜੀਆਂ ਕੀਤੀਆਂ ਗਈਆਂ ਤੇ ਬਾਅਦ ਦੇ ਵਿੱਚ ਅੰਤਿਮ ਸੰਸਕਾਰ ਦੇ ਲਈ ਇਹ ਜਗ੍ਹਾ ਜਿਹੜੀ ਉਹ ਖਰੀਦੀ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਫਤਿਹਗੜ ਸਾਹਿਬ ਸ਼ਹੀਦਾਂ ਦੀ ਧਰਤੀ ਜਿੱਥੇ ਅੱਜ ਮੌਜੂਦ ਆ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਵੱਡੀਆਂ ਕੁਰਬਾਨੀਆਂ ਦਰਜ ਨੇ ਤਾਂ ਕੁਰਬਾਨੀਆਂ ਇਸ ਧਰਤੀ ਤੇ ਦਿੱਤੀਆਂ ਗਈਆਂ ਨੇ ਸਿੱਖਾਂ ਦੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਛੋਟੇ ਪੁੱਤਰ ਮਾਤਾ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਇਸ ਧਰਤੀ ਦੇ ਉੱਪਰ ਸ਼ਹੀਦ ਕੀਤਾ ਗਿਆ ਉਹਨਾਂ ਦਾ ਅੰਤਿਮ ਸੰਸਕਾਰ ਵੀ ਹੈ ਜਿਹੜਾ ਇਸੇ ਧਰਤੀ ਦੇ ਉੱਪਰ ਕੀਤਾ ਗਿਆ ਸੀ ਤਾਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਅੱਜ ਸਟੋਰੀ ਤੁਹਾਨੂੰ ਦਿਖਾਉਣੀ ਚਾਹੁੰਦੇ ਆ ਉਹ ਦਿਖਾਵਾਂਗੇ ਦੀਵਾਨ ਟੋਡਰਮਲ ਹੋਰਾਂ ਦੀ ਦੀਵਾਨ ਟੋਡਰਮਲ ਹੋਰੀ ਕੌਣ ਸੀ ਸਿੱਕੇ ਤੇ ਹਾਸ ਦੇ ਵਿੱਚ ਉਹਨਾਂ ਨੇ ਕੀ ਇਤਿਹਾਸ ਆ ਜਿਹੜਾ ਉਹ ਰਚਿਆ ਤਾਂ ਉਸ ਦੇ ਉੱਪਰ ਜਿਹੜਾ ਅੱਜ ਚਾਨਣਾ ਹੈ ਉਹ ਪਾਵਾਂਗੇ ਤਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਂਦਾ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਮ੍ਰਿਤਕ ਦੇਹਾਂ ਸੀ ਉਹ ਨਦੀ ਦੇ ਪਰਲੇ ਪਾਸੇ ਸੁੱਟਵਾ ਦਿੱਤੀਆਂ ਜਾਂਦੀਆਂ ਨੇ ਤੇ ਇੱਕ ਫੈਸਲਾ ਲਿਆ ਜਾਂਦਾ ਬੀ ਇਹਨਾਂ ਦਾ ਕੋਈ ਵੀ ਵਿਅਕਤੀ ਆ ਜਿਹੜਾ ਉਹ ਅੰਤਿਮ ਸੰਸਕਾਰ ਨਾ ਕਰੇ ਨਾ ਤੇ ਨਾ ਹੀ ਇਹਨਾਂ ਦੀ ਕੋਈ ਸਹਾਇਤਾ ਕਰੇ ਤੋਂ ਉਸ ਤੋਂ ਬਾਅਦ ਜਦੋਂ ਇਹ ਖਬਰ ਆ ਜਿਹੜੀ ਇਹ ਅੱਗ ਮੰਗ ਫੈਲ ਜਾਂਦੀ ਆ ਤਾਂ ਉਸ ਤੋਂ ਬਾਅਦ ਇੱਕ ਸਖਸ਼ ਸਾਹਮਣੇ ਆਉਂਦਾ ਦੀਵਾਨ ਟੋਡਰਮਲ ਪਾਵੇਂ ਉਹ ਮੁਗਲ ਸਲਤਨਤ ਦੀ ਕਚਹਿਰੀ ਦੇ ਵਿੱਚ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਦੀਵਾਨ ਸਨ ਪਰ ਸਿੱਖ ਗੁਰੂਆਂ ਦੇ ਨਾਲ ਅਨੰਨ ਪਿਆਰ ਆ ਜਿਹੜਾ ਉਹ ਰੱਖਦੇ ਸਨ ਸੇਵਾ ਦੀ ਭਾਵਨਾ ਸੀ ਉਹਨਾਂ ਦੇ ਮਨ ਦੇ ਵਿੱਚ ਤਾਂ ਜਦੋਂ ਇਹ ਫਰਮਾਨ ਜਾਰੀ ਕੀਤਾ ਜਾਂਦਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਸੰਸਕਾਰ ਆ ਉਹ ਨਾ ਕੀਤਾ ਜਾਵੇ ਕੋਈ ਸਾਹਮਣੇ ਨਾ ਆਵੇ ਤਾਂ ਉਸ ਤੋਂ ਬਾਅਦ ਇਹ ਸਾਕਸ਼ਾ ਜਿਹੜਾ ਦੀਵਾਨ ਟੋਡਰਮਲ ਹੋਰੀ ਨੇ ਜਿਹੜੇ ਉਹ ਸਾਹਮਣੇ ਆਉਂਦੇ ਨੇ ਉਹ ਕਹਿੰਦੇ ਨੇ ਕਿ ਮੈਂ ਜਿਹੜਾ ਗੁਰੂ ਸਾਹਿਬ ਦੇ ਪੁੱਤਰਾਂ ਦਾ ਜਿਹੜਾ ਸੰਸਕਾਰ ਆ ਉਹ ਕਰਾਂਗਾ ਤਾਂ ਇੱਕ ਸ਼ਰਤ ਰੱਖੀ ਜਾਂਦੀ ਹੈ ਫੌਜ਼ਦਾਰ ਦੇ ਵੱਲੋਂ ਇੱਕ ਸ਼ਰਤ ਰੱਖੀ ਜਾਂਦੀ ਹੈ ਕਿ ਜੇਕਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕਰਨਾ ਤਾਂ ਉਸਦੇ ਲਈ ਜਗ੍ਹਾ ਜਿਹੜੀ ਉਹ ਖਰੀਦਣੀ ਪਵੇਗੀ ਤਾਂ ਉਸ ਸਮੇਂ 78000 ਸੋਨੇ ਦੀਆਂ ਮੋਹਰਾਂ ਧਰਤੀ ਦੇ ਉੱਪਰ ਖੜੀਆਂ ਕਰਕੇ ਗੁਰੂ ਸਾਹਿਬ ਦੇ ਪੁੱਤਰਾਂ ਅਤੇ ਮਾਤਾ ਜੀ ਦੇ ਲਈ ਸੰਸਕਾਰ ਕਰਨ ਦੇ ਲਈ ਉਨ੍ਹਾਂ ਲਈ ਜਗਾ ਜਿਹੜੀ ਉਹ ਦੀਵਾਨ ਟੋਡਰਮਲ ਹੋਰਾਂ ਦੇ ਵੱਲੋਂ ਖਰੀਦੀ ਗਈ ਸੀ ਤਾਂ ਸਿੱਖ ਇਤਿਹਾਸ ਦੀ ਗੱਲ ਕਰ ਲਈਏ ਚਾਹੇ ਚਾਹੇ ਪੂਰੀ ਦੁਨੀਆ ਦੀ ਗੱਲ ਕਰ ਲਈਏ ਤਾਂ ਸਾਰਿਆਂ ਨਾਲੋਂ ਮਹਿੰਗੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਜਿੱਥੇ ਉਸ ਸਮੇਂ ਦੇ ਵਿੱਚ 78000 ਸੋਨੇ ਦੀਆਂ ਮੂਹਰਾਂ ਸੀ ਜਿਹੜੀਆਂ ਉਹ ਦੀਵਾਨ ਟੋਡਰਮਲ ਹੋਰਾਂ ਦੇ ਵੱਲੋਂ ਧਰਤੀ ਦੇ ਉੱਪਰ ਵਿਛਾਈਆਂ ਗਈਆਂ ਪਹਿਲਾ ਮੂਰਾ ਨੇ ਜਿਹੜੀਆਂ ਸਿੱਧੀਆਂ ਵਛਾਈਆਂ ਜਾਂਦੀਆਂ ਨੇ ਫਿਰ ਕਿਹਾ ਜਾਂਦਾ ਹੈ ਕਿ ਮੂਰਾ ਖੜੀਆਂ ਕਰੋ ਤਾਂ 78000 ਮੂਰਾ ਨੇ ਜਿਹੜੀਆਂ ਉਸ ਸਵਾ ਗੱਜ ਦੀ ਧਰਤੀ ਦੇ ਉੱਪਰ ਖੜੀਆਂ ਕੀਤੀਆਂ ਜਾਂਦੀਆਂ ਤੇ ਜਿਸ ਤੋਂ ਬਾਅਦ ਉਹ ਜਗ੍ਹਾ ਖਰੀਦੀ ਜਾਂਦੀ ਹੈ ਤੇ ਉੱਥੇ ਫਿਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਂਦਾ ਤਾਂ ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ ਦੇ ਵਿੱਚ ਜਿਹੜਾ ਦੀਵਾਨ ਟੂਡਰਮਲ ਹੋਰਾਂ ਦਾ ਨਾਮ ਹੈ ਉਹ ਦਰਜ ਕੀਤਾ ਗਿਆ ਕਿਉਂਕਿ ਉਸ ਸਮੇਂ ਦੇ ਵਿੱਚ ਇੰਨੀ ਜ਼ਿਆਦਾ ਮਹਿੰਗੀ ਧਰਤੀ ਖਰੀਦਣ ਵਾਲੇ ਪਹਿਲੇ ਸਖਸ਼ਿਵ ਦੀਵਾਨ ਟੋਡਰਮਲ ਹੋਰੀ ਹੋਏ ਨੇ ਤੇ ਅੱਜ ਅਸੀਂ ਜਿੱਥੇ ਮੌਜੂਦ ਆ ਤਾਂ ਉਹਨਾਂ ਦੀ ਰਿਹائش ਸੀ ਇਹ ਰਹਿਣ ਬਸੇਰਾ ਸੀ ਸਰਹੰਦ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਹਵੇਲੀ ਮਸ਼ਹੂਰ ਹੈ ਜਿਸ ਦਾ ਨਾਮ ਅਸੀਂ ਜਹਾਜੀ ਹਵੇਲੀ ਵੀ ਕਹਿ ਦਿੰਨੇ ਆ ਤੇ ਜਹਾਜ਼ ਹਵੇਲੀ ਵੀ ਕਹਿ ਦਿੰਨੇ ਆ ਤਾਂ ਹੁਣ ਤੁਹਾਨੂੰ ਉਸ ਜਹਾਜ਼ ਹਵੇਲੀ ਤੋਂ ਜਾਣੂ ਕਰਵਾਵਾਂਗੇ ਜਿੱਥੇ ਦਿਵਾਨ ਟੋਡਰਮਲ ਹੋਰਾਂ ਦਾ ਰਹਿਣ ਬਸੇਰਾ ਸੀ ਜਿੱਥੇ ਉਹ ਰਹਿੰਦੇ ਸੀ ਜਿਹੜੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਹਵੇਲੀ ਦਿਵਾਨ ਟੋਡਰਮਲ ਹੋਰਾਂ ਦੀ ਆ ਜਿੱਥੇ ਉਹਨਾਂ ਦਾ ਰਹਿਣ ਬਸੇਰਾ ਸੀ ਜਿੱਥੇ ਉਹਨਾਂ ਦੀ ਰਿਹਾਇਸ਼ ਸੀ ਤਾਂ ਉਹ ਹਵੇਲੀ ਆ ਜਹਾਜੀ ਹਵੇਲੀ ਆ ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਹ ਹਵੇਲੀ ਜਿਹੜੀ ਟਹਿ ਚੁੱਕਿਆ ਕਿਉਂਕਿ 350 ਸਾਲ ਹੋ ਚੁੱਕੇ ਨੇ ਇਸ ਹਵੇਲੀ ਨੂੰ ਹਨਾ ਤੇ ਉਸ ਤੋਂ ਬਾਅਦ ਕਹਦੀ ਇਹ ਵੀ ਸਾਂਭਣ ਵਾਲਾ ਕੋਈ ਨਹੀਂ ਰਿਹਾ ਤੇ ਜਿਸ ਕਰਕੇ ਅੱਧ ਤੋਂ ਜ਼ਿਆਦਾ ਹਵੇਲੀ ਹੈ ਜਿਹੜੀ ਉਹ ਟਹਿ ਚੁੱਕੀ ਆ ਪਰ ਕਹਿ ਦਈਏ ਵੀ ਇਹ ਜਿਹੜੀ ਹਵੇਲੀ ਆ ਸਾਰੀ ਉਹ ਸਰਹੰਦੀ ਇੱਟਾਂ ਦੀ ਬਣੀ ਹੋਈ ਹੈ ਭਾਵ ਛੋਟੇ ਆਕਾਰ ਦੀਆਂ ਜਿਹੜੀਆਂ ਇਹ ਇੱਟਾਂ ਸੀਗੀਆਂ ਤੇ ਜਿਨ੍ਹਾਂ ਨੂੰ ਆਪਾਂ ਸਰਹੰਦੀ ਇੱਟਾਂ ਵੀ ਕਹਿ ਸਕਦੇ ਆ ਤਾਂ ਇਹ ਸਾਰੀ ਜਿਹੜੀ ਹਵੇਲੀ ਆ ਸਰਹੰਦੀ ਇੱਟਾਂ ਦੀ ਬਣੀ ਹੋਈ ਸੀ ਤੇ ਹੁਣ ਅੰਦਰੋਂ ਦੇਖਾਂਗੇ ਹਵੇਲੀ ਦੇ ਵਿੱਚ ਕੀ ਕੁਝ ਬਾਕੀ ਆ ਕੀ ਕੁਝ ਬਚਿਆ ਤੇ ਕਿਵੇਂ ਜਿਹੜੀ ਇਹਦੀ ਮਰਮਮਤ ਆ ਉਹ ਚੱਲ ਰਹੀ ਆ ਜਿਹੜੀ ਤੁਸੀਂ ਮੇਰੇ ਪਿੱਛੇ ਹਵੇਲੀ ਦੇਖ ਰਹੇ ਹੋ ਇਹ ਦੀਵਾਨ ਟੋਡਰਮਲ ਹੋਰਾਂ ਦੀ ਉਹ ਹਵੇਲੀ ਸੀ ਜਿੱਥੇ ਉਹਨਾਂ ਦਾ ਰਹਿਣ ਬਸੇਰਾ ਸੀ ਜਿੱਥੇ ਉਹਨਾਂ ਦੀ ਰਿਹਾਇ ਸੀ ਤਾਂ ਇਹ ਹਵੇਲੀ ਉਹ ਸੀ ਜਿਸ ਨੂੰ ਵੇਚ ਕੇ ਦਿਵਾਨ ਟੋਡਰਮਲ ਹੋਰਾਂ ਦੇ ਵੱਲੋਂ ਜਿਹੜੀ ਆਪਣੀ ਜ਼ਮੀਨ ਜਾਇਦਾਦ ਸੀ ਉਹ ਵੇਚ ਕੇ ਦਿਵਾਨ ਟੋਡਰਮਲ ਹੋਰਾਂ ਦੇ ਵੱਲੋਂ 78000 ਸੋਨੇ ਦੀਆਂ ਮੋਹਰਾਂ ਵਿਛਾ ਕੇ ਜਿਹੜਾ ਅੰਤਿਮ ਸੰਸਕਾਰ ਦੇ ਲਈ ਜਗ੍ਹਾ ਸੀ ਜਿਹੜੀ ਉਹ ਖਰੀਦੀ ਗਈ ਸੀ ਤੇ ਇਸ ਹਵੇਲੀ ਦੀ ਗੱਲ ਕਰਦੇ ਹਾਂ ਸਾਰੀ ਹਵੇਲੀਆ ਸਰਹੰਦੀ ਇੱਟਾਂ ਦੇ ਨਾਲ ਬਣੀ ਹੋਈ ਹੈ ਸਰਹੰਦੀ ਇੱਟਾਂ ਨੇ ਜਿਹੜੇ ਛੋਟੇ ਆਕਾਰ ਦੀਆਂ ਇਹ ਇੱਟਾਂ ਨੇ ਕਿਉਂਕਿ ਉਸ ਸਮੇਂ ਜਿਹੜੀਆਂ ਇੱਟਾਂ ਦਾ ਆਕਾਰ ਇਹੀ ਚੱਲਦਾ ਸੀ ਜੇ ਕਹਦੀ ਵੀ ਇਹ ਸਰਹੰਦੀ ਇੱਟਾਂ ਦੇ ਨਾਮ ਨਾਲ ਅੱਜ ਵੀ ਇਹ ਇੱਟਾਂ ਮਸ਼ਹੂਰ ਨੇ ਤਾਂ ਇਹ ਸਾਰੀ ਹਵੇਲੀ ਆ ਜਿਹੜੀ ਸਰਹੰਦੇਟਾਂ ਦੇ ਨਾਲ ਬਣੀ ਹੋਈ ਆ ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇਹ ਹਵੇਲੀ ਆ ਬਹੁਤ ਜ਼ਿਆਦਾ ਕੈਲੀਏ ਵੀ ਮਾਤਰਾ ਦੇ ਵਿੱਚ ਢਹਿ ਢੇਰੀ ਹੋ ਚੁੱਕਿਆ ਕਿਉਂਕਿ ਸੰਭਾਲਣ ਵਾਲਾ ਹਲੇ ਕੋਈ ਨਹੀਂ ਰਿਹਾ ਥੋੜੀ ਬਹੁਤੀ ਜਿਹੜੀ ਸੇਵਾ ਸੀ ਇਸ ਹਵੇਲੀ ਦੀ ਹੁੰਦੀ ਸੀ ਪਰ ਕੋਈ ਵੀ ਸੰਸਥਾ ਜਾਂ ਕਿਸੇ ਚੀਜ਼ ਦੀ ਵੀ ਗੱਲ ਕਰਦੀ ਹੈ ਕੋਈ ਅੱਗੇ ਨਹੀਂ ਆਇਆ ਜਿਸ ਕਰਕੇ ਅੱਧ ਤੋਂ ਜ਼ਿਆਦਾ ਇਹ ਹਵੇਲੀ ਜਿਹੜੀ ਢਹਿ ਢੇਰੀ ਹੋ ਚੁੱਕੀ ਆ ਤਾਂ ਹੁਣ ਇਸ ਹਵੇਲੀ ਦੇ ਅੰਦਰ ਚੱਲਦੇ ਆ ਇਸ ਦੇ ਵਿੱਚ ਕੀ ਕੁਝ ਬਾਕੀ ਹੈ ਤੇ ਕੀ ਕੁਝ ਹੈ ਤਾਂ ਉਹ ਵੀ ਤੁਹਾਡੇ ਨਾਲ ਜਿਹੜਾ ਸਾਂਝਾ ਕਰਾਂਗੇ ਅੱਜ ਦੇ ਸਮੇਂ ਦੇ ਵਿੱਚ ਦੇਖ ਸਕਦੇ ਹਾਂ ਵੀ ਕਿਵੇਂ ਜਿਹੜੀ ਇਹ ਹਵੇਲੀ ਆ ਉਹ ਟਹਿ ਟੇਰੀ ਹੋ ਚੁੱਕੀ ਹੈ ਇਟਾਂ ਦੇ ਢੇਰ ਨੇ ਜਿਹੜੇ ਉਹ ਲੱਗੇ ਹੋਏ ਨੇ ਤੇ ਹੁਣ ਹਵੇਲੀ ਦੇ ਅੰਦਰ ਜਾਂਦੇ ਆ ਮੇਨ ਜਿਹੜਾ ਇਸ ਹਵੇਲੀ ਦਾ ਦਰਵਾਜਾ ਹੈ ਤਾਂ ਦੇਖ ਸਕਦੇ ਹਾਂ ਵੀ ਇੱਥੋਂ ਜਿਹੜੀ ਇਹ ਹਵੇਲੀ ਹੈ ਉਹ ਸ਼ੁਰੂ ਹੁੰਦੀ ਹੈ ਤਾਂ ਇਤਿਹਾਸ ਦੇ ਵਿੱਚ ਕਹਿ ਲਿਏ ਵੀ ਜਾਣੂ ਕਰਵਾਉਣ ਇਸ ਹਵੇਲੀ ਬਾਰੇ ਜਾਣੂ ਕਰਵਾਉਣ ਦੇ ਲਈ ਸੇਵਾਦਾਰਾਂ ਦੇ ਵੱਲੋਂ ਬਾਹਰ ਪੋਸਟਰ ਨੇ ਜਿਹੜੇ ਉਹ ਵੀ ਲਾਏ ਗਏ ਨੇ ਵੀ ਕਿਹੜੀ ਜਗ੍ਹਾ ਤੇ ਕੀ ਚੀਜ਼ ਬਣੀ ਹੋਈ ਸੀ ਤੇ ਕਿਹੜੀ ਜਗ੍ਹਾ ਤੇ ਕੀ ਚੀਜ਼ ਬਣੀ ਹੋਈ ਸੀ ਤਾਂ ਇਹ ਮੇਨ ਦਰਵਾਜਾ ਸੀ ਇਸ ਹਵੇਲੀ ਦਾ ਜਿੱਥੋਂ ਹਵੇਲੀ ਦੇ ਅੰਦਰ ਐਂਟਰੀ ਹੁੰਦੀ ਸੀ ਤਾਂ ਦੇਖ ਸਕਦੇ ਹੋ ਵੀ ਅੱਜ ਜਿਹੜੀ ਹਵੇਲੀ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਕਹਿ ਲਿਏ ਵੀ ਟਹਿ ਟੇਰੀ ਹੋ ਚੁੱਕੀ ਆ ਹਲੇ ਹੁਣ ਇਸ ਸਮੇਂ ਦੇ ਵਿੱਚ ਕੁਝ ਸਮਝ ਨਹੀਂ ਆਉਂਦਾ ਵੀ ਕਿੱਥੇ ਕਿਹੜੀ ਚੀਜ਼ ਹੋਵੇਗੀ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਹਵੇਲੀ ਇਹ ਟੈ ਗਈ ਆ ਤਾਂ ਹੁਣ ਹਵੇਲੀ ਦੇ ਅੰਦਰ ਜਾਨੇ ਆ ਜਿੱਥੇ ਸਾਰਾ ਕੁਝ ਲਿਖਿਆ ਹੋਇਆ ਦੱਸਿਆ ਗਿਆ ਵੀ ਕਿਹੜੀ ਜਗ੍ਹਾ ਤੇ ਕਿਸ ਚੀਜ਼ ਕੀ ਚੀਜ਼ ਹੈ ਜਿਹੜੀ ਬਣੀ ਹੋਈ ਸੀ ਤਾਂ ਦੇਖ ਸਕਦੇ ਹਾਂ ਵੀ ਉਸ ਸਮੇਂ ਦੇ ਹਿਸਾਬ ਦੇ ਨਾਲ ਇਹ ਹਵੇਲੀ ਕਿੰਨੀ ਖੂਬਸੂਰਤ ਹੈ ਜਿਹੜੀ ਉਹ ਬਣਾਈ ਗਈ ਸੀ ਸਰਹੱਦੀ ਇੱਟਾਂ ਦੀ ਜਿਹੜੀ ਕਾਰਾਗਰੀ ਆ ਉਹ ਦੇਖ ਸਕਦੇ ਹੋ ਰੋਸ਼ਨਦਾਨ ਨੇ ਚਾਹੇ ਦੀਵਿਆਂ ਲਈ ਕਹਿ ਲਿਏ ਵੀ ਰੋਸ਼ਨੀ ਦੇ ਲਈ ਰੋਸ਼ਨਦਾਨ ਸਾਰਾ ਕੁਝ ਬਣਾਇਆ ਹੋ ਤੇ ਥੰਮ ਦੇਖ ਸਕਦੇ ਹੋ ਵੀ ਕਿੱਡੇ-ਕੱਡੇ ਜਿਹੜੇ ਕਹਿ ਲਿਏ ਵੀ ਮੋٹے ਬਣਾਏ ਹੋਏ ਨੇ ਵੀ ਪੂਰੀ ਮਜ਼ਬੂਤੀ ਦੇ ਨਾਲ ਹਵੇਲੀ ਆ ਜਿਹੜੀ ਇਹ ਤਿਆਰ ਕੀਤੀ ਗਈ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਢਾਂਨ ਦੀ ਕਗਾਰ ਤੇ ਇਹ ਆਈ ਹੋਈ ਐ ਤਾਂ ਥੋੜੀ ਬਹੁਤੀ ਇਸ ਦੀ ਮੁਰੰਮਤ ਕੀਤੀ ਜਾਂਦੀ ਆ ਪਰ ਕੋਈ ਵਿਸ਼ੇਸ਼ ਧਿਆਨ ਆ ਉਹ ਇਸ ਸਮੇਂ ਦੇ ਵਿੱਚ ਤਾਂ ਨਹੀਂ ਦਿੱਤਾ ਜਾ ਰਿਹਾ ਤੇ ਦੇਖ ਸਕਦੇ ਹੋ ਵੀ ਜਿਹੜੀਆਂ ਸਟੀਲ ਦੀਆਂ ਰਾੜਾਂ ਨੇ ਉਹ ਲਾ ਕੇ ਇਸ ਹਵੇਲੀ ਨੂੰ ਅੱਜ ਵੀ ਬਚਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਹਵੇਲੀ ਦਾ ਥੱਲੜਾ ਹਿੱਸਾ ਸੀਗਾ ਇਹ ਤੇ ਇਸ ਤੋਂ ਇੱਕ ਮੰਜ਼ਲ ਉੱਪਰ ਆ ਤੇ ਉਸ ਤੋਂ ਇੱਕ ਮੰਜ਼ਲ ਉੱਪਰ ਤਾਂ ਅੱਧ ਤੋਂ ਜ਼ਿਆਦਾ ਮੰਜ਼ਲ ਆ ਜਿਹੜੀ ਉਹ ਢਹ ਢੇਰੀ ਹੋ ਗਈ ਆ ਤੇ ਹੁਣ ਕੋਸ਼ਿਸ਼ ਕਰਦੇ ਆ ਉੱਪਰ ਜਾਣ ਦੀ ਹਵੇਲੀ ਦੀ ਇਹ ਰਸੋਈ ਆ ਜਿੱਥੇ ਰੋਟੀ ਪਾਣੀ ਵਗੈਰਾ ਪਕਾਇਆ ਜਾਂਦਾ ਸੀ ਤਾਂ ਸਾਰਾ ਕੁਝ ਲਿਖ ਕੇ ਦੱਸਿਆ ਗਿਆ ਵੀ ਇਹ ਹਵੇਲੀ ਦੀ ਰਸੋਈ ਸੀ ਕਿਉਂਕਿ ਟੈ ਟੇਰੀ ਹੋਣ ਕਰਕੇ ਕੁਝ ਸਮਝ ਹਲੇ ਆ ਨਹੀਂ ਰਿਹਾ ਸੀ ਵੀ ਇਹ ਕੀ ਚੀਜ਼ ਹੋ ਸਕਦੀ ਹੈ ਕੀ ਚੀਜ਼ ਨਹੀਂ ਤੇ ਜਿਸ ਕਰਕੇ ਜਾਣੂ ਕਰਵਾਉਣ ਦੇ ਲਈ ਪੋਸਟਰ ਵਗੈਰਾ ਨੇ ਜਿਹੜੇ ਅੰਦਰ ਉਹ ਲਗਾਏ ਗਏ ਨੇ ਤਾਂ ਆ ਆ ਦੇਖ ਸਕਦੇ ਹਾਂ ਵੀ ਇਹ ਰਸੋਈ ਦੱਸੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਦੇਖ ਸਕਦੇ ਹਾਂ ਵੀ ਜਿਹੜੀਆਂ ਸਟੀਲ ਦੇ ਰਾੜਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਬਚਾਉਣ ਦੀ ਹਲੇ ਵੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਜਿਹੜਾ ਇਸ ਰਸੋਈ ਨੂੰ ਬਣੇ ਇਸ ਹਵੇਲੀ ਨੂੰ ਬਣੇ ਤਾਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਲਿਖ ਕੇ ਲਗਾਈਆਂ ਗਈਆਂ ਨੇ ਵੀ ਇਹ ਕਿਹੜੀ ਜਗ੍ਹਾ ਤੇ ਕੀ ਚੀਜ਼ ਹੈ ਜਿਹੜੀ ਉਹ ਬਣੀ ਹੋਈ ਸੀ ਤਾਂ ਇਹ ਰਸੋਈ ਦਾ ਕਮਰਾ ਹੈ ਜਿੱਥੇ ਰੋਟੀ ਕਹਿ ਲਿਏ ਭੋਜਨ ਕਹਿ ਲਿਏ ਵੀ ਬਣਾਇਆ ਜਾ ਰਿਹਾ ਸੀ ਤਾਂ ਇਹ ਰਸੋਈ ਦੀ ਅਲਮਾਰੀ ਹੈ ਤਾਂ ਤਾਂ ਇਹ ਰਸੋਈ ਦੀ ਅਲਮਾਰੀਆ ਜਿੱਥੇ ਸਮਾਨ ਵਗੈਰਾ ਜਿਹੜਾ ਰੱਖਿਆ ਜਾਂਦਾ ਸੀ ਤਾਂ ਇਹ ਵੀ ਲਿਖ ਕੇ ਲਗਾਇਆ ਗਿਆ ਵੀ ਇਹ ਹਵੇਲੀ ਦੀ ਰਸੋਈ ਦੀ ਜਿਹੜੀ ਅਲਮਾਰੀਆ ਉਹ ਹੈ ਜਿੱਥੇ ਸਮਾਨ ਰੱਖਿਆ ਜਾਂਦਾ ਸੀਗਾ ਤੇ ਨਿਕਾਸੀ ਲਈ ਪਾਣੀ ਦੀ ਨਿਕਾਸੀ ਲਈ ਨਾਲੀਆਂ ਨੇ ਜਿਹੜੀਆਂ ਉਹ ਵੀ ਬਣਾਈਆਂ ਗਈਆਂ ਸੀ ਤਾਂ ਉਹ ਵੀ ਲਿਖ ਕੇ ਲਗਾਇਆ ਗਿਆ ਹੈ ਵੀ ਇੱਥੇ ਜਿਹੜੀ ਡਰੇਨ ਪਾਈਪ ਆ ਜਾਂ ਨਾਲੀ ਹੈ ਉਹ ਬਣੀ ਹੁੰਦੀ ਸੀ ਜਿੱਥੋਂ ਵੇਸਟਿੰਗ ਜਿਹੜੀ ਉਹ ਬਾਹਰ ਕੱਢੀ ਜਾਂਦੀ ਸੀ ਤਾਂ ਹਰੇਕ ਚੀਜ਼ ਆ ਜਿਹੜੀ ਉਹ ਲਿਖ ਕੇ ਲਗਾਈ ਗਈ ਹੈ ਹਵੇਲੀ ਤੋਂ ਪੂਰਾ ਜਾਣੂ ਕਰਵਾਉਣ ਦੇ ਲਈ ਜਿਹੜੇ ਪੋਸਟਰ ਨੇ ਉਹ ਬਣਵਾਏ ਗਏ ਨੇ ਤਾਂ ਇੱਕ ਹੋਰ ਬੋਰਡ ਹੈ ਜਿੱਥੇ ਚੁੱਲ੍ਹਾ ਲਿਖਿਆ ਹੋਇਆ ਹੈ ਪਰ ਹਲੇ ਹੁਣ ਇਸ ਸਮੇਂ ਦੇ ਵਿੱਚ ਚੁੱਲਾ ਇੱਥੇ ਮੌਜੂਦ ਨਹੀਂ ਆ ਪਰ ਦੱਸਿਆ ਗਿਆ ਲੇਕ ਕੇ ਲਗਾਇਆ ਗਿਆ ਵੀ ਇਸ ਜਗ੍ਹਾ ਦੇ ਉੱਪਰ ਜਿਹੜਾ ਚੁੱਲਾ ਸੀਗਾ ਉਹ ਹੁੰਦਾ ਸੀ ਤਾਂ ਉੱਪਰ ਵੀ ਦੇਖ ਸਕਦੇ ਹੋ ਰੋਸ਼ਨੀ ਦੇ ਪੂਰੇ ਪ੍ਰਬੰਧ ਸੀਗੇ ਜਿਹੜੇ ਉਹ ਵੀ ਕੀਤੇ ਗਏ ਸੀ ਸ਼ੀਸ਼ੇ ਲਗਾਏ ਗਏ ਸੀਗੇ ਜਿਹੜੀ ਕੁਦਰਤੀ ਰੋਸ਼ਨੀ ਸੂਰਜ ਦੀ ਧੁੱਪ ਵਗੈਰਾ ਕਹਿ ਲਈਏ ਵੀ ਉਹ ਵੀ ਪੂਰੇ ਉਹਦੇ ਵੀ ਇੰਤਜ਼ਾਮ ਕੀਤੇ ਗਏ ਸੀਗੇ ਸ਼ੀਸ਼ੇ ਲਾ ਕੇ ਵੱਡੇ ਮੂਰੇ ਨੇ ਜਿਹੜੇ ਉਹ ਰੱਖੇ ਗਏ ਸੀ ਜਿਸ ਕਰਕੇ ਰੋਸ਼ਨੀ ਜਿਹੜੀ ਉਹ ਅੰਦਰ ਆ ਸਕਤੇ ਆਲੇ ਵੀ ਨੇ ਜਿਹੜੇ ਉਹ ਵੀ ਬਣੇ ਹੋਏ ਸੀ ਤਾਂ ਹੋਰ ਦੇਖਦੇ ਆ ਵੀ ਹੋਰ ਕੀ ਕੁਝ ਸੀ ਹਵੇਲੀ ਦੇ ਵਿੱਚ ਤਾਂ ਹੁਣ ਰਸੋਈ ਦੇ ਕਮਰੇ ਤੋਂ ਬਾਹਰ ਨਿਕਲ ਕੇ ਅੱਗੇ ਜਾਂਦੇ ਆ ਵੀ ਇਸ ਹਵੇਲੀ ਦੇ ਵਿੱਚ ਹੋਰ ਕੀ ਕੁਝ ਬਣਿਆ ਹੋਇਆ ਸੀ ਤਾਂ ਇੱਕ ਕਹਿ ਦਈਏ ਵੀ ਬਾਹਰ ਜਾਣ ਦਾ ਰਸਤਾ ਇਹ ਹੈ ਤੇ ਜਿੱਥੋਂ ਰਸੋਈ ਤੋਂ ਸਿੱਧਾ ਬੰਦਾ ਬਾਹਰ ਜਾ ਸਕਦਾ ਸੀਗਾ ਆਲੇ ਇੱਥੇ ਵੀ ਬਣੇ ਹੋਏ ਨੇ ਵੀ ਰਾਹ ਦੇ ਵਿੱਚ ਵੀ ਪੂਰਾ ਰੋਸ਼ਨੀ ਦਾ ਪ੍ਰਬੰਧ ਸੀ ਜਿਹੜਾ ਚਾਹੇ ਦੀਵਿਆਂ ਵਾਲੀ ਕਹਿ ਲਈਏ ਜਾਂ ਹੋਰ ਚੀਜ਼ ਲਿਕੇ ਲਾਲਟਣਾ ਵਗੈਰਾ ਉਹ ਕਹਿ ਲਿਏ ਵੀ ਇਹਨਾਂ ਚੀਜ਼ਾਂ ਦੇ ਲਈ ਜਿਹੜੇ ਆਲੇ ਸੀਗੇ ਉਹ ਵੀ ਪੂਰੇ ਤੌਰ ਤੇ ਬਣਾਏ ਗਏ ਸੀ ਤਾਂ ਉਸ ਤੋਂ ਬਾਅਦ ਹੁਣ ਬਾਹਰ ਆਉਨੇ ਆ ਤੇ ਆ ਹਿੱਸਾ ਜਿਹੜਾ ਉਹ ਹੁਣ ਟਹਿ ਚੁੱਕਿਆ ਤਾਂ ਇੱਥੇ ਵੀ ਲਿਖਿਆ ਗਿਆ ਵੀ ਲੰਗਰੀ ਨੌਕਰ ਦਾ ਕਮਰਾ ਪਾਬੀ ਜਿਹੜਾ ਇੱਥੇ ਰਸੋਈ ਦੇ ਵਿੱਚ ਰੋਟੀ ਬਣਾਉਂਦਾ ਸੀ ਲੰਗਰੀ ਸੀ ਤਾਂ ਉਸ ਦਾ ਵੀ ਇੱਕ ਸਪੈਸ਼ਲ ਕਮਰਾ ਸੀ ਜਿਹੜਾ ਉਸ ਸਮੇਂ ਦੇ ਵਿੱਚ ਬਣਾਇਆ ਗਿਆ ਸੀ ਤਾਂ ਜਿੱਥੇ ਉਸ ਦੀ ਰਿਹائش ਸੀ ਜਿੱਥੇ ਉਸ ਦਾ ਨੌਕਰ ਦਾ ਰਹਿਣ ਬਸੇਰਾ ਸੀ ਤਾਂ ਉਹ ਇਸ ਜਗ੍ਹਾ ਦੇ ਉੱਪਰ ਕਹਿ ਲਈਏ ਵੀ ਰਹਿੰਦਾ ਸੀ ਤਾਂ ਉਸ ਦੇ ਲਈ ਵੀ ਇਸ ਹਵੇਲੀ ਦੇ ਵਿੱਚ ਇੱਕ ਜਿਹੜਾ ਸਪੈਸ਼ਲ ਕਮਰਾ ਸੀ ਉਹ ਬਣਾਇਆ ਗਿਆ ਸੀ ਤਾਂ ਹੁਣ ਤਾਂ ਚਲੋ ਟਹਿ ਚੁੱਕਿਆ ਪਰ ਹੁਣ ਵੀ ਦੇਖ ਸਕਦੇ ਹਾਂ ਵੀ ਪਿੱਲਰ ਨੇ ਜਿਹੜੇ ਕਿੰਨੇ ਮੋਟੇ ਨੇ ਜਿਹੜੇ ਕਿੰਨੇ ਵੱਡੇ ਨੇ ਜਿਹੜੇ ਉਹ ਬਣਾਏ ਗਏ ਸੀ ਤਾਂ ਉਸ ਸਮੇਂ ਦੇ ਹਿਸਾਬ ਨਾਲ ਮਜ਼ਬੂਤੀ ਦੇ ਹਿਸਾਬ ਨਾਲ ਦੇਖੀਏ ਤਾਂ ਬਹੁਤ ਜ਼ਿਆਦਾ ਵਧੀਆ ਇਹ ਹਵੇਲੀ ਸੀ ਤਾਂ ਪਹਿਲਾਂ ਪਹਿਲੀ ਮੰਜ਼ਲ ਤੇ ਸੀ ਹੁਣ ਦੂਜੀ ਮੰਜ਼ਲ ਤੇ ਪਹੁੰਚੇ ਆ ਤਾਂ ਜਿੱਥੇ ਕਹਿ ਦਈਏ ਵੀ ਹੁਣ ਵੀ ਥੋੜਾ ਬਹੁਤਾ ਸੰਗਤਾਂ ਦੇ ਵੱਲੋਂ ਸੇਵਾਦਾਰਾਂ ਦੇ ਵੱਲੋਂ ਕੁਝ ਉਪਰਾਲਾ ਕੀਤਾ ਗਿਆ ਵੀ ਇਸ ਜਿਹੜੀ ਹਵੇਲੀ ਨੂੰ ਕਿਵੇਂ ਨਾ ਕਿਵੇਂ ਬਚਾਇਆ ਜਾ ਸਕੇ ਇਸ ਹਵੇਲੀ ਦੇ ਇਤਿਹਾਸ ਤੋਂ ਲੋਕਾਂ ਨੂੰ ਜਿਹੜਾ ਜਾਣੂਆ ਉਹ ਕਰਵਾਇਆ ਜਾ ਸਕੇ ਤਾਂ ਦੇਖ ਸਕਦੇ ਹਾਂ ਵੀ ਜਿਹੜੇ ਪੋਸਟਰ ਨੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦੇ ਤੇ ਇਹ ਤਸਵੀਰ ਆ ਤਾਂ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੀਵਾਨ ਟੋਡਰਮਲ ਹੋਰਾਂ ਦੇ ਵੱਲੋਂ ਜਿਹੜੀਆਂ 78000 ਸੋਨੇ ਦੀਆਂ ਮੋਹਰਾਂ ਸੀਗੀਆਂ ਤਾਂ ਉਸ ਦੀ ਇੱਕ ਤਸਵੀਰ ਬਣਾਈ ਗਈ ਆ ਵੀ 78000 ਸੋਨੇ ਦੀਆਂ ਮੋਹਰਾਂ ਖੜਮੇ ਲੋਡ ਖੜਮੇ ਰੂਪ ਦੇ ਵਿੱਚ ਖੜੀਆਂ ਕੀਤੀਆਂ ਗਈਆਂ ਤੇ ਬਾਅਦ ਦੇ ਵਿੱਚ ਅੰਤਿਮ ਸੰਸਕਾਰ ਦੇ ਲਈ ਇਹ ਜਗ੍ਹਾ ਜਿਹੜੀ ਉਹ ਖਰੀਦੀ ਗਈ ਸੀ ਤਾਂ ਸੋ ਸਖਸ਼ ਦੀ ਇਹ ਹਵੇਲੀ ਆ ਜਿਸ ਨੇ ਐਡੀ ਵੱਡੀ ਸੇਵਾ ਜਿਹੜੀ ਉਹ ਲਈ ਸੀ ਸੇਵਾ ਚ ਇਹ ਕਹਿ ਲਈ ਵੀ ਸਾੰਭੀ ਸੀ ਕਿਉਂਕਿ ਅਥਾ ਪਿਆਰ ਸੀ ਸਿੱਖ ਗੁਰੂਆਂ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਨਾਲ ਮਾਤਾ ਗੁਜਰੀ ਜੀ ਦੇ ਨਾਲ ਜਿਨ੍ਹਾਂ ਨੇ ਇੱਕ ਪਲ ਵੀ ਪ੍ਰਵਾਹ ਨਾ ਕੀਤੀ ਆਪਣੀ ਜ਼ਮੀਨ ਜਾਇਦਾਦ ਵੇਚਣ ਨੂੰ ਆਪਣੀ ਹਵੇਲੀ ਵੇਚਣ ਨੂੰ ਬਸ ਮਨ ਦੇ ਵਿੱਚ ਸੇਵਾ ਭਾਵਨਾ ਸੀ ਕੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਜਿਹੜਾ ਉਹ ਪੂਰੇ ਰੀਤੀ ਰਿਵਾਜਾਂ ਦੇ ਨਾਲ ਕਰਨਾ ਤੇ ਉਹ ਜਦੋਂ ਇਹਨਾਂ ਨੂੰ ਕਿਹਾ ਗਿਆ ਸੀ ਵੀ ਜਗ੍ਹਾ ਜਿਹੜੀ ਅੰਤਿਮ ਸੰਸਕਾਰ ਦੇ ਲਈ ਖਰੀਦਣੀ ਪਵੇਗੀ ਤਾਂ ਉਸ ਸਮੇਂ ਇਸ ਹਵੇਲੀ ਨੂੰ ਵੇਚਿਆ ਗਿਆ ਸੀ ਜਿਹੜੀ ਜ਼ਮੀਨ ਜਾਇਦਾਦ ਹੋਰ ਸੀ ਤਾਂ ਉਸ ਨੂੰ ਵੇਚਿਆ ਗਿਆ ਤੇ 78000 ਸੋਨੇ ਦੀਆਂ ਮੋਹਰਾਂ ਸੀ ਜਿਹੜੀਆਂ ਉਹ ਖੜਮੇ ਰੂਪ ਦੇ ਵਿੱਚ ਖੜੀਆਂ ਕਰਕੇ ਸਵਾ ਗੱਜ ਦੀ ਜਿਹੜੀ ਜ਼ਮੀਨ ਸੀ ਉਹ ਅੰਤਿਮ ਸੰਸਕਾਰ ਦੇ ਲਈ ਖਰੀਦੀ ਗਈ ਸੀ ਤਾਂ ਇਹ ਰਹਿਣ ਬਸੇਰਾ ਸੀ دیਵਾਨ ਟੋਡਰਮਲ ਹੋਰਾਂ ਦਾ ਤੇ ਪਰ ਅੱਜ ਦੀ ਗੱਲ ਕਰੀਏ ਤਾਂ ਅੱ ਤੋਂ ਜ਼ਿਆਦਾ ਇਹ ਹਵੇਲੀ ਆ ਜਿਹੜੀ ਟੈ ਢੇਰੀ ਹੋ ਚੁੱਕੀ ਆ ਤਾਂ ਮਰਮਤ ਦਾ ਕੰਮ ਥੋੜਾ ਬਹੁਤਾ ਜਿੰਨਾਂ ਕ ਸੇਵਾਦਾਰਾਂ ਤੋਂ ਹੁੰਦਾ ਉਹਨਾਂ ਕ ਚੱਲਦਾ ਹੈ ਤਾਂ ਇਹ ਵੀ ਦੇਖ ਸਕਦੇ ਹਾਂ ਵੀ ਕਿਵੇਂ ਜਿਹੜੀਆਂ ਲੋਹੇ ਦੀਆਂ ਪੱਤੀਆਂ ਨੇ ਨਟ ਬੋਲਟਾਂ ਦੀ ਮਦਦ ਦੇ ਨਾਲ ਹਲੇ ਵੀ ਇਮਾਰਤ ਨੂੰ ਸੰਭਾਲਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਤਾਂ ਜਿਹੜਾ ਪੋਸਟਰ ਲੱਗਿਆ ਹੋਇਆ ਉਸ ਦੇ ਵਿੱਚ ਕਹਿ દिए ਵੀ ਹਵੇਲੀ ਦੀ ਪੁਰਾਤਨ ਦੇਖ ਹੈ ਜਿਹੜੀ ਉਹ ਵੀ ਦਿਖਾਈ ਗਈ ਹੈ ਤਾਂ ਇੱਕ ਪਾਸੇ ਉਹ ਤਸਵੀਰ ਲਗਾਈ ਗਈ ਹੈ ਵੀ ਜਿਹੜੀ ਇਹ ਪੁਰਾਣੀ ਹਵੇਲੀ ਹੁੰਦੀ ਸੀ ਤੇ نیچے ਇਸ ਹਵੇਲੀ ਦਾ ਜਿਹੜਾ ਹੁਣ ਮੌਜੂਦਾ ਜਿਹੜਾ ਕੰਮ ਚੱਲ ਰਿਹਾ ਕਹਿ ਲਈਏ ਮੌਜੂਦਾ ਰੂਪ ਹੈ ਉਹ ਦਿਖਾਇਆ ਗਿਆ ਤੇ ਇੱਕ ਪਾਸੇ ਜਿਹੜੀ ਢਹਿ ਢੇਰੀ ਹੋ ਚੁੱਕੀ ਹੈ ਸਾਰੀ ਇਮਾਰਤ ਉਹ ਦਿਖਾਈ ਗਈ ਆ ਤਾਂ ਇਹ ਪੋਸਟਰ ਦੇ ਵਿੱਚ ਤਿੰਨੋਂ ਤਰ੍ਹਾਂ ਦੇ ਰੂਪ ਦਿਖਾਏ ਗਏ ਨੇ ਵੀ ਪਹਿਲਾਂ ਹਵੇਲੀ ਕੀ ਹੁੰਦੀ ਸੀ ਥੋੜੇ ਸਮੇਂ ਬਾਅਦ ਕੀ ਹੋਈ ਹੈ ਤੇ ਹੁਣ ਮੌਜੂਦਾ ਟਾਈਮ ਦੇ ਵਿੱਚ ਇਸ ਹਵੇਲੀ ਦੀ ਦੇਖ ਹੈ ਜਿਹੜੀ ਉਹ ਕਿਹੋ ਜੀ ਹੋਈ ਹੋਈ ਹੈ ਤਾਂ ਇਹ ਕਹਿ ਲਈ ਵੀ ਇੱਕ ਤਰ੍ਹਾਂ ਦਾ ਕਮਰਾ ਸੀਗਾ ਰਹਿਣ ਦੇ ਲਈ ਤਾਂ ਇਹ ਜਿਹੜੀ ਮੰਜ਼ਲ ਸੀ ਇਸ ਤੋਂ ਉੱਪਰ ਇੱਕ ਹੋਰ ਮੰਜ਼ਲ ਆ ਜਿਹੜੀ ਉਹ ਵੀ ਰਹਿਣ ਦੇ ਲਈ ਬਣਾਈ ਗਈ ਸੀ ਪਰ ਹੁਣ ਤਾਂ ਟਹਿ ਢੇਰੀ ਹੋ ਚੁੱਕੀ ਆ ਹੁਣ ਪਤਾ ਵੀ ਨਹੀਂ ਲੱਗ ਰਿਹਾ ਵੀ ਇਸ ਤੇ ਉੱਪਰ ਜਾਣ ਦਾ ਰਸਤਾ ਕਿਹੜਾ ਸੀ ਕਿਹੜਾ ਨਹੀਂ ਤਾਂ ਇਹ ਤਸਵੀਰਾਂ ਨੇ ਹਵੇਲੀ ਦੀਆਂ ਮੌਜੂਦਾ ਤਸਵੀਰਾਂ ਨੇ ਜਿੱਥੇ ਇੱਕ ਮੰਜ਼ਲ ਦਾ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਉਰੇ ਮੰਜ਼ਲ ਹੁੰਦੀ ਸੀ ਜਾਂ ਨਹੀਂ ਹੁੰਦੀ ਸੀ ਸੰਭਾਲਣ ਦੇ ਲਈ ਕੰਮ ਤਾਂ ਕੀਤੇ ਜਾ ਰਹੇ ਨੇ ਪਰ ਕਹਿ ਲਈਏ ਵੀ ਪੂਰਨ ਤੌਰ ਤੇ ਕੋਈ ਸੰਸਥਾ ਜਾਂ ਕੋਈ ਕਮੇਟੀ ਆ ਉਹ ਸਾਹਮਣੇ ਨਹੀਂ ਆ ਰਹੀ ਕਿਉਂਕਿ ਇਤਿਹਾਸ ਦੇ ਵਿੱਚ ਜਿਹੜਾ ਨਾਮ ਆ ਦੀਵਾਨ ਟੋਡਰਮਲ ਹੋਰਾਂ ਦਾ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਜਿਹੜਾ ਰਚਿਆ ਗਿਆ ਕਿਉਂਕਿ ਸੋਨੇ ਦੀਆਂ 78000 ਮੋਹਰਾਂ ਦੇ ਨਾਲ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਜਿਹੜੀ ਦੀਵਾਨ ਟੋਡਰਮਲ ਹੋਰਾਂ ਦੇ ਵੱਲੋਂ ਖਰੀਦੀ ਗਈ ਸੀ ਛੋਟੇ ਸਾਹਿਬਜ਼ਾਦੇਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕਰਨ ਲਈ ਜਦੋਂ ਫੌਜ਼ਦਾਰਾਂ ਦੇ ਵੱਲੋਂ ਮੁਗਲ ਫੌਜ਼ਦਾਰਾਂ ਦੇ ਵੱਲੋਂ ਇਸ ਗੱਲ ਦਾ ਫਰਮਾਨ ਜਾਰੀ ਕੀਤਾ ਗਿਆ ਸੀ ਕਿ ਜੇਕਰ ਸੰਸਕਾਰ ਕਰਨਾ ਹੈ ਤਾਂ ਜਗ੍ਹਾ ਜਿਹੜੀ ਖਰੀਦਣੀ ਪਵੇਗੀ ਧਰਤੀ ਖਰੀਦਣੀ ਪਵੇਗੀ ਤਾਂ ਉਦੋਂ ਦੀਵਾਨ ਟੋਡਰਮਲ ਹੋਰੀ ਸਾਹਮਣੇ ਆਉਂਦੇ ਨੇ ਉਹਨਾਂ ਦੇ ਵੱਲੋਂ ਇਸ ਸ਼ਰਤ ਨੂੰ ਕਬੂਲਿਆ ਜਾਂਦਾ ਹੈ ਇਸ ਹਵੇਲੀ ਨੂੰ ਵੇਚਿਆ ਜਾਂਦਾ ਹੈ ਜਿਹੜੀ ਜ਼ਮੀਨ ਜ਼ਾਇਦਾਤ ਸੀਗੀ ਉਸ ਨੂੰ ਵੇਚਿਆ ਜਾਂਦਾ ਤੇ 78000 ਮੂਰਾਂ ਨੇ ਜਿਹੜੀਆਂ ਉਹ ਧਰਤੀ ਦੇ ਉੱਪਰ ਵਿਸ਼ਾ ਕੇ ਅੰਤਿਮ ਸੰਸਕਾਰ ਦੇ ਲਈ ਜਗ੍ਹਾ ਜਿਹੜੀ ਉਹ ਖਰੀਦੀ ਜਾਂਦੀ ਆ ਤਾਂ ਦੁਨੀਆਂ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਦੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਉਹ ਧਰਤੀ ਆ ਤੇ ਉਸ ਨੂੰ ਖਰੀਦਣ ਵਾਲੇ دیਵਾਨ ਟੋਡਰਮਲ ਹੋਰੀ ਸੀਗੇ ਜਿਹੜੇ ਉਹਨਾਂ ਦੀ ਰਿਹائش ਹੈ ਉੱਥੇ ਇਸ ਹਵੇਲੀ ਦੇ ਵਿੱਚ ਉਹਨਾਂ ਦਾ ਰਹਿਣ ਬਸੇਰਾ ਸੀ ਇਉਂ ਹੀ ਹਵੇਲੀ ਆ ਜਿੱਥੇ ਉਹ ਆਪਣਾ ਜਿਹੜਾ ਸਮਾਂ ਉਹ ਬਿਤਾਉਂਦੇ ਸੀ ਆਪਣੀ ਡਿਊਟੀ ਕਰਦੇ ਸੀ ਉਸ ਤੋਂ ਬਾਅਦ ਆਪਣੇ ਘਰ ਆਉਂਦੇ ਸੀ ਹਵੇਲੀ ਦੇ ਵਿੱਚ ਆਉਂਦੇ ਸੀ ਪਰ ਅੱਜ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਇਸ ਹਵੇਲੀ ਦੀ ਹਾਲਤ ਜਿਹੜੀ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਆ ਚਾਹੇ ਸਮੇਂ ਦੇ ਹਿਸਾਬ ਨਾਲ ਕਹਿ ਲਈਏ ਚਾਹੇ ਸਾਂਭ ਸੰਭਾਲ ਦੇ ਹਿਸਾਬ ਨਾਲ ਕਹਿ ਲਈਏ ਪਰ ਹਵੇਲੀ ਦੀ ਜਿਹੜੀ ਦਸ਼ਾ ਹੁਣ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਆ ਦੇਖ ਸਕਦੇ ਹਾਂ ਵੀ ਸ਼ਾਹੀ ਘਰਾਣਿਆਂ ਦੇ ਮੰਗ ਕਹਿ ਦਈਏ ਵੀ ਜਿਹੜੀਆਂ ਸੁੱਖ ਸਹੂਲਤਾਂ ਹੁੰਦੀਆਂ ਨੇ ਉਹ ਇਸ ਹਵੇਲੀ ਦੇ ਵਿੱਚ ਸਾਰੀਆਂ ਮੌਜੂਦ ਸੀ ਤਾਂ ਆ ਦਿਖਾ ਰਹੇ ਹਾਂ ਤੁਹਾਨੂੰ ਸਵੀਮਿੰਗ ਪੂਲ ਕਹਿ ਦਈਏ ਫੁਆਰਾ ਕਹਿ ਲੀਵੇ ਇੱਥੇ ਲੱਗਿਆ ਹੋਇਆ ਸੀ ਬੈਨਰ ਆ ਜਿਹੜਾ ਪੋਸਟਰ ਆ ਉਹ ਵੀ ਲਿਖ ਕੇ ਲਾਇਆ ਹੋਇਆ ਵੀ ਇੱਥੇ ਸਵੀਮਿੰਗ ਪੂਲ ਆ ਜਿਹੜਾ ਫੁਆਰਾ ਸੀ ਉਹ ਵੀ ਉਸ ਸਮੇਂ ਬਣਵਾਇਆ ਗਿਆ ਸੀ ਤਾਂ ਇਹ ਸਵੀਮਿੰਗ ਪੂਲ ਆ ਤਾਂ ਪੌੜੀਆਂ ਵੀ ਇੱਕ ਖੁੰਜੇ ਦੇ ਵਿੱਚ ਬਣੀਆਂ ਹੋਈਆਂ ਜਿਹੜੀਆਂ ਉੱਪਰ-ਨੀਚੇ ਆਉਣ ਦਾ ਰਸਤਾ ਸੀ ਜਿਹੜਾ ਉਹ ਬਣਾਇਆ ਗਿਆ ਸੀ ਤਾਂ ਪੂਰਾ ਕੈਲੀ ਸ਼ਾਹੀ ਘਰਾਣਿਆਂ ਦੇ ਵਾਂਗ ਇਹ ਹਵੇਲੀ ਸੀ ਜਿਹੜੀ ਉਹ ਤਿਆਰ ਕੀਤੀ ਗਈ ਸੀ ਜਿਸ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਸੀ ਜਿਹੜੀਆਂ ਉਹ ਤਿਆਰ ਕਰਵਾਈਆਂ ਗਈਆਂ ਸੀ ਤਾਂ ਇਹ সুইমিং ਪੂਲ ਤੁਸੀਂ ਦੇਖ ਸਕਦੇ ਹੋ ਵੀ সুইমিং ਪੂਲ ਆ ਜਿਹੜਾ ਕਾਫੀ ਲੰਮਾ ਚੌੜਾ ਜਿਹੜਾ ਉਹ ਬਣਾਇਆ ਹੋਇਆ ਤੇ ਇੱਕ ਖੁੰਝੇ ਦੇ ਵਿੱਚ ਪੌੜੀਆਂ ਨੇ ਜਿਹੜੀਆਂ ਉਹ ਉੱਪਰ ਥੱਲੇ ਆਉਣ ਦੇ ਲਈ ਉਹ ਵੀ ਬਣਾਈਆਂ ਗਈਆਂ ਨੇ ਕਹਿ ਦਈਏ ਵੀ ਇਹ ਹਵੇਲੀ ਆ ਜਿਹੜੀ ਹੁਣ ਦੋ ਭਾਗਾਂ ਦੇ ਵਿੱਚ ਹੋ ਚੁੱਕੀ ਆ ਪਹਿਲਾਂ ਸਾਨੂੰ ਪਤਾ ਨਹੀਂ ਸੀ ਵੀ ਇਸ ਦੇ ਵਿੱਚ ਕਾਰ ਹੁੰਦਾ ਹੋਊ ਕੁਛ ਜਾਂ ਨਹੀਂ ਹੁੰਦਾ ਹੋਊ ਪਰ ਇਹ ਜਿਹੜਾ ਭਾਗ ਹੈ ਇਹ ਦੂਜਾ ਭਾਗ ਕਹਿ ਦਈਏ ਉਹਦਾ ਹਵੇਲੀ ਦਾ ਦੂਜਾ ਭਾਗ ਆ ਤਾਂ ਇਸ ਤੇ ਉੱਪਰ ਵੀ ਲਿਖਿਆ ਗਿਆ ਹੈ ਲਿਖਣ ਦੇ ਮੁਤਾਬਿਕ ਦੱਸਿਆ ਗਿਆ ਵੀ ਇੱਥੇ ਤਹਿਖਾਨਾ ਹੁੰਦਾ ਸੀ ਤੇ ਆਹ ਤਹਿਖਾਨੇ ਦੀਆਂ ਪੌੜੀਆਂ ਨੇ ਜਿਹੜੀਆਂ ਉਹ ਨੇ ਵੀ نیچے ਜਾ ਰਹੇ ਤੇ ਇੱਥੇ ਇਹ ਵੀ ਲਿਖਿਆ ਗਿਆ ਵੀ ਚੂਨੇ ਅਤੇ ਇੱਟਾਂ ਦਾ ਜਿਹੜਾ ਬਣਿਆ ਪੁਰਾਤਨ ਫਰਸ਼ ਹੈ ਇਹ ਤਾਂ ਇੱਕ ਹੋਰ ਅਸੀਂ ਬੈਨਰ ਦੇਖਿਆ ਸੀ ਉਸ ਦੇ ਉੱਪਰ ਵੀ ਇਹੀ ਚੀਜ਼ ਦੱਸੀ ਗਈ ਹੈ ਵੀ ਚਿਵਾਰੇ ਦੇ ਲਈ ਉੱਪਰ ਜਾਣ ਦੇ ਲਈ ਪੌੜੀਆਂ ਤਾਂ ਪੌੜੀਆਂ ਸੀਗੀਆਂ ਇੱਥੇ ਪੌੜੀਆਂ ਸੀ ਜਿਹੜੀਆਂ ਕਿ ਹੁਣ ਪੂਰੀ ਤਰ੍ਹਾਂ ਢਹਿ ਚੁੱਕੀਆਂ ਨੇ ਪੌੜੀਆਂ ਦਾ ਨਾਮੋਂ ਨਿਸ਼ਾਨ ਜਿਹੜਾ ਹੁਣ ਨਹੀਂ ਦਿਖ ਰਿਹਾ ਪਰ ਦੱਸਿਆ ਜਾ ਰਿਹਾ ਵੀ ਇੱਥੋਂ ਜਿਹੜੀਆਂ ਪੌੜੀਆਂ ਨੇ ਉੱਪਰ ਚਿਵਾਰੇ ਦੇ ਵੱਲ ਜਾਂਦੀਆਂ ਹੋਣੀਆਂ ਤੇ ਉੱਪਰ ਚਿਵਾਰਾ ਬਣਿਆ ਹੋਊਗਾ ਤੇ ਆਹ ਜਿਹੜੀਆਂ ਤਹਿਖਾਨੇ ਦੀਆਂ ਪੌੜੀਆਂ ਨੇ ਜਿਹੜੀਆਂ ਉਹ ਨੀਚੇ ਦੇ ਵੱਲ ਨੂੰ ਜਾਂਦੀਆਂ ਨੇ ਤੇ ਜਿੱਥੇ ਤਹਿਖਾਨਾ ਸੀ ਜਿਹੜਾ ਉਹ ਬਣਿਆ ਹੋਇਆ ਸੀ ਤਾਂ ਸ਼ਾਇਦ ਕੈਲੇ ਵੀ ਆਹ ਜਿਹੜਾ ਕਮਰਾ ਵੀ ਇਹ ਤਹਿਖਾਨਾ ਸੀ ਤੇ ਇੱਕ ਬੈਨਰ ਉਰੇ ਹੋਰ ਲੱਗਿਆ ਹੋਇਆ ਤਾਂ ਉੱਥੇ ਲਿਖਿਆ ਹੋਇਆ ਵੀ ਤਹਿ ਖਾਨੇ ਦੇ ਕਮਰੇ ਦੀਆਂ ਨੀਹਾਂ ਨੇ ਜਿਹੜੀਆਂ ਉਹ ਨੇ ਤਾਂ ਇਹ ਜਿਹੜਾ ਕਮਰਾ ਇਹ ਤਹਿ ਖਾਨਾ ਸੀ ਤੇ ਇੱਥੇ ਇੱਕ ਹੋਰ ਚਿਵਾਰਾ ਹੁੰਦਾ ਸੀ ਤੇ ਉੱਥੇ ਇੱਕ ਲਿਖਿਆ ਗਿਆ ਵੀ ਤਹਿ ਖਾਨ ਦੀ ਟਹਿ ਚੁੱਕੀ ਛੱਤ ਵਿਪਾਪ ਵੀ ਇਹ ਨੀਚੇ ਵਾਲਾ ਜਿਹੜਾ ਤਹਿ ਖਾਨਾ ਸੀ ਇਸ ਦੇ ਉੱਪਰ ਇੱਕ ਛੱਤ ਸੀ ਤੇ ਜਿਹੜੀ ਕਿ ਹੁਣ ਜਮੇ ਹੀ ਟਹਿ ਚੁੱਕੀ ਆ ਤਾਂ ਇਹ ਹਵੇਲੀ ਸੀ ਦੀਵਾਨ ਟੋਡਰਮਲ ਹੋਰਾਂ ਦੀ ਜਿਹੜੀ ਕਿ ਬੜੇ ਹੀ ਵਧੀਆ ਤਰੀਕੇ ਦੇ ਨਾਲ ਬਣਾਈ ਹੋਈ ਸੀ ਜਿਸ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਅੱਜ ਦੇ ਸਮੇਂ ਦੀਆਂ ਉਸ ਸਮੇਂ ਦੇ ਵਿੱਚ ਮੌਜੂਦ ਸਨ ਤੇ ਰਸੋਈ ਤੋਂ ਲੈ ਕੇ ਤਹਿਖਾਨੇ ਤੱਕ ਸਾਰਾ ਕੁਝ ਇਸ ਹਵੇਲੀ ਦੇ ਵਿੱਚ ਬਣਿਆ ਹੋਇਆ ਸੀ ਤਾਂ ਹੁਣ ਤਾਂ ਇਹ ਅੱਧ ਤੋਂ ਜ਼ਿਆਦਾ ਜਿਹੜੀ ਹਵੇਲੀ ਹੈ ਉਹ ਢਹਿ ਚੁੱਕੀ ਆ ਤਾਂ ਤਾਂ ਇੱਧਰ ਵੀ ਸਾਨੂੰ ਕੁਝ ਲਿਖਿਆ ਹੋਇਆ ਮਿਲ ਰਿਹਾ ਵੀ ਇਹ ਸਾਰਾ ਜਿਹੜਾ ਹਿੱਸਾ ਹੈ ਉਹ ਸਾਰਾ ਹੀ ਤਹਿਖਾਨੇ ਦਾ ਹਿੱਸਾ ਸੀਗਾ ਤੇ ਇੱਥੇ ਵੀ ਤਹਿਖਾਨੇ ਦੇ ਕਮਰੇ ਦੀਆਂ ਕੰਧਾਂ ਦੇ ਫਰਸ਼ ਇਹ ਚੀਜ਼ ਲਿਖੀ ਗਈ ਹੈ ਵੀ ਇੱਥੇ ਜਿਹੜਾ ਤਹਿਖਾਨਾ ਸੀ ਉਸ ਦੀਆਂ ਕੰਧਾਂ ਸੀਗੀਆਂ ਕਮਰੇ ਸੀਗੇ ਇਹ ਸਾਰਾ ਜਿਹੜਾ ਹਿੱਸਾ ਹੈ ਉਹ ਤਹਿਖਾਨੇ ਦਾ ਸੀ ਤੇ ਜਿਹੜਾ ਹੁਣ ਜਮਾ ਜਿਹੜਾ ਕਹਿ ਲਈਏ ਵੀ ਢਹਿ ਟੇਰੀ ਹੋ ਚੁੱਕਿਆ ਤਾਂ ਇੱਥੋਂ ਸਾਫ਼ ਦੇਖ ਸਕਦੇ ਹਾਂ ਵੀ ਕਿੰਨੀ ਵਧੀਆ ਵਧੀਆ ਢੰਗ ਦੇ ਨਾਲ ਇਹ ਹਵੇਲੀ ਸੀ ਜਿਹੜੀ ਬਣਾਈ ਗਈ ਸੀ ਤਾ ਬਿੱਲਰ ਵੀ ਤੁਸੀਂ ਦੇਖ ਸਕਦੇ ਹੋ ਕਾਰਾਗਰੀ ਆ ਜਿਹੜੀ ਉਹ ਵੀ ਕਿੰਨੀ ਵਧੀਆ ਉਸ ਸਮੇਂ ਦੇ ਵਿੱਚ ਕੀਤੀ ਗਈ ਸੀ ਤਾਂ ਦੋ ਮੰਜ਼ਲਾਂ ਤੇ ਤਾਂ ਹਲੇ ਜਾ ਹੋ ਜਾਂਦਾ ਪਰ ਇੱਕ ਮੰਜ਼ਲਾ ਜਿਹੜੀ ਉਹ ਤਾਂ ਜਮ ਹੀ ਟਹਿ ਢੇਰੀ ਹੋ ਚੁੱਕੀ ਆ ਉੱਥੇ ਜਾਣ ਦੇ ਲਈ ਕੋਈ ਰਸਤਾ ਵੀ ਆ ਜਿਹੜਾ ਹੁਣ ਨਹੀਂ ਬਚਿਆ ਤਾਂ ਪੁਰਾਣੇ ਸਮਿਆਂ ਦੀ ਗੱਲ ਕਰ ਲਈ ਤਾਂ ਪੁਰਾਣੇ ਸਮਿਆਂ ਦੇ ਵਿੱਚ ਇਹ ਹਵੇਲੀ ਹੈ ਜਿਹੜੀ ਬਹੁਤ ਹੀ ਵਧੀਆ ਢੰਗ ਦੇ ਨਾਲ ਬਣਾਈ ਗਈ ਸੀ ਸੁੱਖ ਸਹੂਲਤਾਂ ਕਹਿ ਲਈਏ ਵੀ ਸਾਰੀਆਂ ਦਾ ਪ੍ਰਬੰਧ ਸੀ ਜਿਹੜਾ ਇੱਥੇ ਕੀਤਾ ਗਿਆ ਸੀ ਇੱਥੋਂ ਤੱਕ ਕਿ ਨੌਕਰ ਦਾ ਵੀ ਜਿਹੜਾ ਇੱਕ ਅਲੱਗ ਕਮਰਾ ਸੀ ਉਹ ਵੀ ਇਸ ਹਵੇਲੀ ਦੇ ਵਿੱਚ ਬਣਾਇਆ ਗਿਆ ਸੀ ਜਿਹੜਾ ਭੋਜਨ ਬਣਾਉਂਦਾ ਸੀ ਲੰਗਰੀ ਸੀ ਜਿਹੜਾ ਉਸ ਦਾ ਇੱਕ ਕਮਰਾ ਜਿਹੜਾ ਸਪੈਸ਼ਲ ਕਮਰਾ ਜਿਹੜਾ ਉਹ ਇਸ ਹਵੇਲੀ ਦੇ ਵਿੱਚ ਕਹਿ ਦਈਏ ਵੀ ਬਣਾਇਆ ਗਿਆ ਸੀ ਤਾਂ ਜੇ ਪਿੱਲਰਾਂ ਦੀ ਗੱਲ ਵੀ ਕਰ ਲਈਏ ਤਾਂ ਪਿੱਲਰਾਂ ਦੀ ਮਟਾਈ ਵੀ ਦੇਖ ਸਕਦੇ ਹੋ ਤੁਸੀਂ ਚੜਾਈ ਵੀ ਦੇਖ ਸਕਦੇ ਹੋ ਵੀ ਕਿੰਨੇ ਜ਼ਿਆਦਾ ਮੋٹے ਤੇ ਚੌੜੇ ਜਿਹੜੇ ਇਹ ਪਿੱਲਰ ਸੀਗੇ ਉਹ ਬਣਾਏ ਗਏ ਸੀਗੇ ਸੁਰੱਖਿਆ ਦਾ ਪ੍ਰਬੰਧ ਸੀ ਜਿਹੜਾ ਉਹ ਵੀ ਪੂਰਾ ਕੀਤਾ ਗਿਆ ਸੀ ਮਜ਼ਬੂਤੀ ਆ ਜਿਹੜੀ ਉਸ ਦੇ ਵੱਲ ਪੂਰਾ ਧਿਆਨ ਆ ਜਿਹੜਾ ਓਹੋ ਦਿੱਤਾ ਗਿਆ ਸੀ ਤਾਂ ਜਹਾਜੀ ਹਵੇਲੀ ਦੇ ਨਾਲ ਇਹ ਹਵੇਲੀ ਮਸ਼ਹੂਰ ਹੈ ਜਿਹੜੀ ਕਿ ਦੀਵਾਨ ਟੋਡਰਮਲ ਹੋਰਾਂ ਦੀ ਹਵੇਲੀ ਸੀ ਦਸੰਬਰ ਪੋ ਦਾ ਮਹੀਨਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਲੱਖਾਂ ਸੰਗਤਾਂ ਨੇ ਜਿਹੜੀਆਂ ਨਤਮਸਤਕ ਹੋਣ ਦੇ ਲਈ ਸ਼੍ਰੀ ਫਤਿਹਗੜ ਸਾਹਿਬ ਆਉਂਦੀਆਂ ਨੇ ਦੇਸ਼ ਦੁਨੀਆ ਦੇ ਕੋਨੇ-ਕੋਨੇ ਤੋਂ ਜਿਹੜੀਆਂ ਸੰਗਤਾਂ ਨੇ ਉਹਨਾਂ ਤੋਂ ਮਸਤਕ ਹੋਣ ਦੇ ਤੇ ਉੱਥੇ ਦੇਖਿਆ ਵੀ ਇਸ ਹਵੇਲੀ ਦੇ ਦਰਸ਼ਨ ਵੀ ਕਰਨ ਬਹੁਤ ਸੰਗਤਾਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਨੇ ਕਿਉਂਕਿ ਦੀਵਾਨ ਟੋਡਰਮਲ ਹੋਰਾਂ ਨੂੰ ਜਿਹੜੀ ਸੇਵਾ ਦਾ ਮੌਕਾ ਮਿਲਿਆ ਸੀ ਉਸ ਸੇਵਾ ਨੂੰ ਕੋਈ ਵੀ ਸਿੱਖਾ ਜਿਹੜਾ ਉਹ ਨਹੀਂ ਭਲਾ ਸਕਦਾ ਤਾਂ ਸਾਡੇ ਨਾਲ ਸੰਗਤਾਂ ਜੁੜੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਹਵੇਲੀ ਦੇ ਬਾਰੇ ਹੋਰ ਜਿਹੜੀ ਜਾਣਕਾਰੀ ਆ ਉਹ ਪ੍ਰਾਪਤ ਕਰਦੇ ਆ ਅਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਕਿੱਥੋਂ ਆਏ ਹੋ ਸ੍ਰੀ ਅਮਰਤਸਰ ਸਾਹਿਬ ਤੋਂ ਆਏ ਜੀ ਸਾਡੀ ਸੰਗਤ ਸਾਰੀ ਇਸ ਹਵੇਲੀ ਦਾ ਤੁਹਾਨੂੰ ਪਤਾ ਹੈ ਪਹਿਲਾਂ ਜੀ ਹਾਂਜੀ ਇਤਿਹਾਸ ਦੇ ਵਿੱਚ ਪੜਿਆ ਸੀ ਕਿ ਦੀਵਾਨ ਟੋਡਰ ਮਲ ਜੀ ਦੀ ਹਵੇਲੀ ਹੈ ਤੇ ਇਸ ਹਵੇਲੀ ਦਾ ਜਿਹੜਾ ਪੁਰਾਤਨ ਨਾਮ ਜੀ ਆਪਾਂ ਗ੍ਰੰਥਾ ਚ ਪੜਦੇ ਹਾਂ ਤੇ ਜਾਜੀਆਂ ਦੀ ਹਵੇਲੀ ਵੀ ਕਿਹਾ ਜਾਂਦਾ ਹੈ ਇਹ ਗੱਲ ਮੰਨੀ ਜਾਂਦੀ ਹੈ ਕਿ ਜਿਹੜਾ ਦੀਵਾਨ ਟੋਡਰ ਵਾਲਾ ਇਹਨਾਂ ਦੇ ਉਸ ਵੇਲੇ ਦੇ ਜਾਜ ਜੀ ਸੁਮੰਦਰੀ ਚੱਲਦੇ ਸੀ ਕਿਉਂਕਿ ਜਿਹਦੇ ਕਾਰਨ ਉਹਨਾਂ ਨੇ ਜਿਹੜੀ ਜੋਤੀ ਸਰੂਪ ਦੀ ਆਪਾਂ ਜਗਾ ਦੇਖਦੇ ਆ ਸੰਸਾਰ ਦੇ ਵਿੱਚ ਇੰਨੀ ਕੋਈ ਹੋਰ ਮਹਿੰਗੀ ਜਗਾ ਨਹੀਂ ਖੜੇ ਰੋਖ ਜਿਹੜੀਆਂ ਉਹਨਾਂ ਨੇ ਮੋਹਰਾ ਲਾ ਕੇ ਸੋਨੇ ਦੀਆਂ ਉਸ ਵੇਲੇ ਜਿਹੜੀਆਂ ਖਰੀਦੀਆਂ ਪਰ ਜੇ ਅੱਜ ਆਸ ਤੁਸੀਂ ਆ ਹਵੇਲੀ ਵੱਲ ਦੇਖੋ ਅੱਜ ਦਾ ਇਹ ਦੁਖਾਂਤ ਹੈ ਕਿ ਸਾਡੇ ਬਾਬਿਆਂ ਨੇ ਚੰਗੀਆਂ ਪਲੀਆਂ ਬਿਲਡਿੰਗਾਂ ਦੇ ਉੱਤੇ ਸੰਗ ਮਾਰ ਮਾਰ ਲਾ ਕੇ ਤੇ ਪੈਸਾ ਤੇ ਇਕੱਠਾ ਕਰ ਲਿਆ ਪਰ ਜਿਨ੍ਹਾਂ ਨੇ ਕੌਮ ਵਾਸਤੇ ਇੰਨਾ ਕੁਝ ਕੀਤਾ ਜਿਨ੍ਹਾਂ ਨੇ ਸਹਿਬਜ਼ਾਦਿਆਂ ਦੇ ਪਾਵਨ ਸਰੀਰ ਦੇ ਬਦਲੇ ਆਪਣਾ ਸਾਰਾ ਕੁਝ ਵੇਚ ਦਿੱਤਾ ਅੱਜ ਅਸੀਂ ਉਹਨਾਂ ਦੀ ਉਸ ਹਵੇਲੀ ਨੂੰ ਸਾਹਮਣੇ ਨਹੀਂ ਸਕੇ ਪਰ ਜਦੋਂ ਵੀ ਅਸੀਂ ਇਸ ਦਰਸ਼ਨ ਦੇਦਾਰਾਂ ਨੂੰ ਫਤੇਗੜ ਸਾਹਿਬ ਨੂੰ ਨਤਮਸਤਕ ਹੁਣਾਉਂਦੇ ਆ ਤੇ ਸਾਡੇ ਮਨ ਚ ਕੋਸ਼ਿਸ਼ ਹੁੰਦੀ ਹੈ ਕਿ ਉਸ ਗੁਰਸਿੱਖ ਭਾਈ ਟੋਡਰ ਦੀਵਾਨ ਮਾਲ ਜੀ ਨੂੰ ਵੀ ਜਿਹੜਾ ਨਤਮਸਤਕ ਹੋਇਆ ਜਾਵੇ ਤੇ ਐਦ ਕੀ ਦੇਖਿਆ ਜਾ ਰਿਹਾ ਏ ਕਿ ਥੋੜੀ ਬਹੁਤੀ ਜਾਪਦਾ ਜਿਵੇਂ ਮੁਰੰਮਤ ਹੋ ਰਹੀ ਹੈ ਪਰ ਇੱਕ ਬੜਾ ਤਗੜਾ ਦੁਕਾਨ ਤੇ ਸਾਡਾ ਇਸ ਪਾਸੇ ਵੱਲ ਧਿਆਨ ਨਹੀਂ ਨਾ ਸਾਡੇ ਕੌਮ ਦਾ ਧਿਆਨ ਆ ਰਿਹਾ ਏ ਨਾ ਸਾਡੇ ਪ੍ਰਸ਼ਾਸਨ ਦਾ ਧਿਆਨ ਆ ਰਿਹਾ ਏ ਸਾਨੂੰ ਲੋੜ ਇਸ ਗੱਲ ਦੀ ਹੈ ਕਿ ਅਸੀਂ ਦੀਵਾਨ ਪਾウダー ਮਲਦੀ ਇਸ ਹਵੇਲੀ ਨੂੰ ਜਿਹੜਾ ਉਹ ਸੰਬੰਧ ਦਾ ਯਤਨ ਕਰੀਏ ਜੇ ਤੁਸੀਂ ਇਹਦੀ ਸ਼ੇਪ ਦੇਖੋ ਇਹ ਕੋਈ ਆਮ ਹਵੇਲੀ ਨਹੀਂ ਇਹ ਜੇ ਆਪਾਂ ਦੇਖਦੇ ਆ ਤੇ ਚਾਰ ਪੰਜ ਇਹਦੀਆਂ ਜਿਹੜੀਆਂ ਮੰਜ਼ਲਾਂ ਬਣਦੀਆਂ ਨੇ ਤੇ ਜਦੋਂ ਮੈਂ 2 ਸਾਲ ਪਹਿਲਾਂ ਆਇਆ ਸੀ ਤਾਂ ਉਹ ਇੱਥੋਂ ਦੇ ਲੋਕਾਂ ਨੇ ਇਹ ਗੱਲ ਦੱਸੀ ਸੀ ਕਿ ਇੱਥੇ ਥੱਲੇ ਜਿਹੜਾ ਗਰਾਊਂਡ ਲੈਵਲ ਹੈ ਇੱਥੇ ਉਸ ਵੇਲੇ ਪਾਣੀ ਖੜਾਇਆ ਜਾਂਦਾ ਸੀ ਤੇ ਇਹਦੀ ਤੁਸੀਂ ਦੂਰੋਂ ਇਹ ਸ਼ੇਪ ਦੇਖਦੇ ਇਹਦੀ ਸ਼ਿਪ ਵਰਗੀ ਜਿਹੜੀ ਸ਼ੇਪ ਬਣਦੀ ਹੈ ਇਸ ਕਰਕੇ ਇਹ ਬੜੀ ਆਲੀਸ਼ਾਨ ਤੇ ਉਸ ਵੇਲੇ ਦੀ ਬੜੀ ਕੀਮਤੀ ਜਿਹੜੀ ਸੀ ਉਹ ਇਮਾਰਤ ਸੀ ਉਸ ਵੇਲੇ ਮੰਨੀ ਪਰਮੰਨੀ ਹੋਈ ਤੇ ਅੱਜ ਮੇਰੇ ਖਿਆਲ ਚ ਸਾਨੂੰ ਲੋੜ ਹੈ ਕਿ ਜਿੱਥੇ ਅਸੀਂ ਬਾਕੀ ਪਾਸੇ ਧਿਆਨ ਦਿੰਨੇ ਆ ਇਸ ਯਾਦਗਾਰ ਨੂੰ ਵੀ ਸਾਂਭਿਆ ਜਾਵੇ ਤਾਂ ਜੋ ਅਸੀਂ ਆਉਣ ਵਾਲੇ ਆਪਣੇ ਭੂਤਕ ਨੂੰ ਦੱਸ ਸਕੀਏ ਕਿ ਦੀਵਾਨ ਟੋਡਰ ਮਲ ਜੀ ਕੋਈ ਆਮ ਸਧਾਰਨ ਨਹੀਂ ਸਨ ਕਿਉਂਕਿ ਅੱਜ ਜਦੋਂ ਸਿੱਖ ਦੀ ਗੱਲ ਚੱਲਦੀ ਹੈ ਤੇ ਕਈ ਵਾਰ ਜਿਹੜਾ ਸਿੱਖ ਨੂੰ ਬੜਾ ਗਰੀਬੜਿਆ ਜਾਂ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਏ ਇਹ ਤੋਂ ਸਾਨੂੰ ਪਤਾ ਲੱਗ ਸਕੇ ਆਉਣ ਵਾਲੇ ਪੇ ਵੇਖ ਨੂੰ ਅਸੀਂ ਸਮਾਜ ਨੂੰ ਦੱਸ ਸਕੀਏ ਕਿ ਸਾਡੇ ਕੋਲ ਇਹੋ ਇਹੋ ਜਿਹੇ ਧਨਾਰਗੁਰ ਸਿੱਖ ਵੀ ਹੋਏ ਕਿ ਜਿਨ੍ਹਾਂ ਨੇ ਆਪਣਾ ਘਰ-ਬਾਰ ਵੇਚ ਕੇ ਜਿਹੜੇ ਉਸ ਵੇਲੇ ਦੇ ਘੱਟੋ-ਕਰਟ ਜਿਵੇਂ ਅੱਜ ਰਾਸ਼ਟਰਪਤੀ ਦੀ ਪਾਵਰ ਹੈ ਇੰਨੀ ਪਾਵਰ ਦੇ ਮਾਲਕ ਜਿਹੜੇ ਨੇ ਉਹ ਜਦੋਂ ਹਾਲਾ ਕਿ ਉਸ ਵੇਲੇ ਤੁਸੀਂ ਹਕੂਮਤ ਦੇਖੋ ਮੁਗਲ ਰਾਜ ਦੇ ਵਿੱਚ ਇੱਕ ਗੁਰਸਿੱਖ ਇੰਦੀ ਤਗੜੀ ਸੇਵਾ ਕਰ ਜਾਵੇ ਤੁਸੀਂ ਹਿਸਾਬ ਲਾਓ ਕਿ ਉਹਦੀ ਕਿੰਨੀ ਕੁ ਪਾਵਰ ਹੋएगी ਐਨੀ ਐਨੀ ਪਾਵਰ ਦੇ ਜਿਹੜੇ ਤਨਾੜ ਗੁਰਸਿੱਖ ਵੀ ਹੋਏ ਜਿਨ੍ਹਾਂ ਨੇ ਗੁਰੂ ਦੇ ਬਦਲੇ ਆਪਾਂ ਕੁਰਬਾਨ ਕਰ ਦਿੱਤਾ ਸਿੱਖੀ ਤੋਂ ਆਪਾਂ ਨੇ ਸ਼ਾਵਰ ਕਰ ਦਿੱਤਾ ਅੱਜ ਲੋੜ ਹੈ ਕੌਮ ਨੂੰ ਇਕੱਤਰ ਹੋ ਕੇ ਇਹੋ ਜੀ ਗੁਰਸਿੱਖਾਂ ਦੀ ਯਾਦਗਾਰ ਨੂੰ ਸੰਭਾਲਦੀ ਤੇ ਆਪ ਸਰਬੱਤ ਸੰਗਤਾਂ ਦੇ ਰਾਹੀਂ ਅਸੀਂ ਆਪ ਦੇ মিডিਆ ਦੇ ਰਾਹੀਂ ਇਹੋ ਸੁਨੇਹਾ ਮੈਂ ਦੇਣਾ ਚਾਹਾਂਗਾ ਕਿ ਸੰਗਤਾਂ ਨੂੰ ਬੇਨਤੀ ਕਿ ਇਕੱਤਰ ਹੋ ਕੇ ਆਪਾਂ ਇਸ ਹਵੇਲੀ ਨੂੰ ਜਿਹੜਾ ਸੰਭੰਧ ਦਾ ਯਤਨ ਕਰੀਏ ਤਾਂ ਜੋ ਸਾਡੀਆਂ ਜੋ ਪ੍ਰਾਤਨ ਇਮਾਰਤਾਂ ਨੇ ਉਹ ਅਸੀਂ ਵਿਰਾਸਤ ਦੇ ਰੂਪ ਵਿੱਚ ਸਾਂਭ ਸਕੀਏ ਜੀ ਧੰਨਵਾਦ ਜੀ ਤੇ ਸੰਗਤਾਂ ਦੇ ਮਨ ਦੇ ਵਿੱਚ ਕਿਸੇ ਨਾ ਕਿਤੇ ਰੂਸ ਵੀ ਪਾਇਆ ਜਾਂਦਾ ਕਿਉਂਕਿ ਜਿਹੜੀ ਸੇਵਾ ਦਿਵਾਨ ਟੋਡਰਮਲ ਹੋਰਾਂ ਨੇ ਕੀਤੀ ਸੀ ਤਾਂ ਉਹਨਾਂ ਦੀ ਰਿਹਾਇਸ਼ ਜਿਹੜੀ ਉਹਨਾਂ ਦਾ ਰਹਿਣ ਬਸੇਰਾ ਉਸ ਨੂੰ ਵੀ ਸਾਂਭਿਆ ਨਹੀਂ ਜਾ ਚੁੱਕਿਆ ਜਿਹੜੀ ਸ਼ਿਪ ਵਰਗੀ ਇਹ ਹਵੇਲੀ ਕਹਿ ਰਹੇ ਸੀਗੇ ਵੀ ਹਵੇਲੀ ਜਿਹੜੀ ਜਹਾਜ਼ ਜੀ ਹਵੇਲੀ ਬਣਾਈ ਗਈ ਸੀ ਤਾਂ ਅੱਜ ਦੇ ਸਮੇਂ ਦੇ ਵਿੱਚ ਪੂਰੀ ਤਰ੍ਹਾਂ ਢਹ ਢੇਰੀ ਹੋ ਚੁੱਕੀ ਗਈ ਹੈ ਤਾਂ ਹੁਣ ਦਿਵਾਨ ਟੋਡਰਮਲ ਹੋਰਾਂ ਦੇ ਬਾਰੇ ਹੋਰ ਚਾਨਣਾ ਪਾਉਣਾ ਪਊ ਨੇ ਵੀ ਭਵਾਨੀਗੜ ਦੇ ਕਾਕੜੇ ਪਿੰਡ ਦੇ ਰਹਿਣ ਵਾਲੇ ਇਹ ਦਿਵਾਨ ਟੋਡਰਮਲ ਹੋਰੀ ਸੀਗੇ ਜਿਹੜੇ ਕਿ ਜੱਦੀ ਪੈਸੇਦਾਰੀ ਕੇਲੀ ਵੀ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਸੀ ਪੈਸਾ ਸੀ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਉਹਨਾਂ ਕੋਲ ਤੇ ਜਿਨ੍ਹਾਂ ਨੇ ਉਸ ਸਮੇਂ ਆਪਣੀ ਸਾਰੀ ਜਾਇਦਾਦ ਸੀ ਜਿਹੜੀ ਉਹ ਵੇਚ ਦਿੱਤੀ ਸੀ ਤੇ ਬਾਅਦ ਦੇ ਵਿੱਚ ਵੇਚ ਕੇ ਜਿਹੜੀਆਂ 78000 ਸੋਨੇ ਦੀਆਂ ਮੋਹਰਾਂ ਸੀਗੀਆਂ ਤਾਂ ਉਹਨਾਂ ਦੇ ਨਾਲ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਸੀ ਜਿਹੜੀ ਉਹੋ ਖਰੀਦੀ ਸੀ ਕਿਉਂਕਿ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਮਾਤਾ ਗੁਜਰੀ ਜੀ ਸੀ ਤਾਂ ਉਹਨਾਂ ਦੇ ਅੰਤਿਮ ਸੰਸਕਾਰ ਦੇ ਲਈ ਜਦੋਂ ਫੌਜਦਾਰਾਂ ਦੇ ਵੱਲੋਂ ਹੁਕਮ ਜਾਰੀ ਕੀਤੇ ਜਾਂਦੇ ਨੇ ਕਿ ਜਿਹੜੀ ਜਗ੍ਹਾ ਹੈ ਸੰਸਕਾਰ ਦੇ ਲਈ ਖਰੀਦਣੀ ਪਵੇਗੀ ਤਾਂ ਉਦੋਂ 78000 ਮੋਹਰਾਂ ਦੇ ਕੇ ਖੜੀਆਂ ਕਰਕੇ ਤਾਂ ਇਹ ਜਗ੍ਹਾ ਜਿਹੜੀ ਖਰੀਦੀ ਗਈ ਸੀ ਤਾਂ ਉਹਨਾਂ ਦੀ ਇਹ ਹਵੇਲੀ ਸੀ ਜਿਹੜੀ ਕੀ ਅੱਜ ਦੇ ਸਮੇਂ ਦੇ ਵਿੱਚ ਟਹਿ ਟੇਰੀ ਹੋ ਚੁੱਕੀ ਹੈ ਸਰੰਦ ਦੀਆਂ ਆਲੀਸ਼ਾਨ ਚਿਹੇ ਮੈਲਾਂ ਦੇ ਵਿੱਚੋਂ ਕਹਿਲਾ ਚਾਹੇ ਹਵੇਲੀਆਂ ਦੇ ਵਿੱਚੋਂ ਕਹਿ ਲਈਏ ਤਾਂ ਇਹ ਜਹਾਜੀ ਹਵੇਲੀ ਇੱਕ ਸੀ ਬਹੁਤ ਹੀ ਆਲੀਸ਼ਾਨ ਹਵੇਲੀ ਇਹ ਉਸ ਸਮੇਂ ਦੇ ਵਿੱਚ ਬਣਾਈ ਗਈ ਸੀ ਪਰ ਮੌਜੂਦਾ ਹਾਲਾਤ ਨੇ ਜਿਹੜੇ ਅੱਜ ਦੇ ਹੋਰ ਕੁਝ ਬਿਆਨ ਕਰ ਰਹੇ ਨੇ ਜਿਹੜੀ ਹਵੇਲੀ ਸੀ ਇਹ ਬਹੁਤ ਜ਼ਿਆਦਾ ਟਹਿ ਟੇਰੀ ਹੋ ਚੁੱਕੀ ਆ ਹਲੇ ਕੁਝ ਸਮਝ ਨਹੀਂ ਆ ਰਿਹਾ ਇਸ ਹਵੇਲੀ ਦੇ ਵਿੱਚ ਵੀ ਕਿਹੜੀ ਜਗ੍ਹਾ ਤੇ ਕੀ ਚੀਜ਼ ਆ ਜਿਹੜੀ ਬਣੀ ਹੋਊਗੀ ਤਾਂ ਹਲੇ ਕੁਸ਼ਕ ਪੋਸਟਰ ਨੇ ਜਿਹੜੇ ਉਹ ਲਿਖ ਕੇ ਲਾਏ ਗਏ ਨੇ ਵੀ ਇੱਥੇ ਰਸੋਈ ਹੁੰਦੀ ਸੀ ਇੱਥੇ ਇਹ ਕਮਰਾ ਸੀ ਉੱਥੇ ਉਹ ਕਮਰਾ ਸੀ ਪਰ ਜੇ ਦੇਖਣ ਜੋ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਇਹ ਹਵੇਲੀ ਇਹ ਤਾਂ ਸਿਰਫ ਨਾਮ ਦੀ ਹਵੇਲੀ ਰਹਿ ਚੁੱਕੀ ਆ ਕਿਉਂਕਿ ਸਾਰੀ ਦੀ ਸਾਰੀ ਜਿਹੜੀ ਹਵੇਲੀ ਹੈ ਇਹ ਟਹਿ ਟੇਰੀ ਹੋ ਚੁੱਕੀ ਆ ਤਾਂ ਦੀਵਾਨ ਟੁੱਡਰਮਲ ਹੋਰਾਂ ਦੀ ਇਹ ਹਵੇਲੀ ਸੀ ਤਾਂ ਇੱਕ ਗੱਲ ਮਨ ਦੇ ਵਿੱਚ ਵਿਚਾਰ ਆਉਂਦਾ ਵੀ ਜਦੋਂ ਇਹ ਹਵੇਲੀ ਬਣਾਈ ਗਈ ਸੀ ਤਾਂ ਕਿੰਨੀਆਂ ਰੀਜਾਂ ਦੇ ਨਾਲ ਬਣਾਈ ਗਈ ਸੀ ਤਾਂ ਆਪਣੀਆਂ ਸੁੱਖ ਸਹੂਲਤਾਂ ਜਿਹੜੀਆਂ ਸਾਰੀਆਂ ਇਸ ਹਵੇਲੀ ਦੇ ਵਿੱਚ ਬਣਾਈਆਂ ਗਈਆਂ ਲਾਂਗਰੀ ਦੇ ਕਮਰੇ ਤੋਂ ਲੈ ਕੇ ਤਹਿਖਾਨੇ ਤੱਕ ਸਾਰਾ ਕੁਝ ਇਸ ਹਵੇਲੀ ਦੇ ਵਿੱਚ ਬਣਵਾਇਆ ਗਿਆ ਸੀ ਤਾਂ ਸਿੱਧਕ ਦੇਖ ਲੋ ਦਿਵਾਨ ਟੋਡਰਮਲ ਲਾਹੌਰਾਂ ਦਾ ਵੀ ਜਦੋਂ ਸੇਵਾ ਦਾ ਮੌਕਾ ਮਿਲਿਆ ਆਪਣੀਆਂ ਰੀਜਾਂ ਦੇ ਨਾਲ ਬਣਾਈ ਹੋਈ ਹਵੇਲੀ ਬਾਰੇ ਇੱਕ ਮਿੰਟ ਵੀ ਉਹਨਾਂ ਦੇ ਵੱਲੋਂ ਸੋਚਿਆ ਨਾ ਗਿਆ ਸਾਰੀ ਜ਼ਮੀਨ ਸਾਰੀ ਹਵੇਲੀ ਵੇਚ-ਵਟ ਕੇ ਜਿੰਨਾ ਕੁਝ ਇਕੱਠਾ ਹੋਇਆ ਤਾਂ 78000 ਮੋਹਰਾਂ ਛੋਟੇ ਸਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਦੇ ਲਈ ਜਗ੍ਹਾ ਖਰੀਦਣ ਦੇ ਵਿੱਚ ਨਿਸ਼ਾਵਰ ਕਰਤੀਆਂ ਤਾਂ ਜਦੋਂ ਦਿਵਾਨ ਟੋਡਰਮਲ ਲਾਹੌਰਾਂ ਨੂੰ ਦੇਖਿਆ ਗਿਆ ਵੀ ਇਹ ਜਗਾ ਖਰੀਦਣ ਦੇ ਲਈ ਜਿਹੜੀਆਂ ਮੂਰਾਂ ਉਹ ਬਿਚਾਰ ਰਿਹਾ ਤਾਂ ਉਦੋਂ ਹੀ ਇੱਕ ਹੋਰ ਹੁਕਮ ਲਾਗੂ ਕਰ ਦਿੱਤਾ ਗਿਆ ਸੀ ਕਿ ਇਹ ਜਿਹੜੀਆਂ ਮੂਰਾਂ ਨੇ ਉਹ ਬਚਾਉਣੀਆਂ ਨੇ ਸਗੋਂ ਖੜੀਆਂ ਕਰਨੀਆਂ ਨੇ ਤਾਂ 78000 ਤੱਕ ਮੂਰਾਂ ਸੀਗੀਆਂ ਜਿਹੜੀਆਂ ਉਹ ਉਸ ਸਵਾ ਗੱਜ ਦੀ ਧਰਤੀ ਦੇ ਉੱਪਰ ਖੜੀਆਂ ਕੀਤੀ ਗਈਆਂ ਤੇ ਛੋਟੇ ਸਾਹਿਬਜ਼ਾਦੇਆਂ ਅਤੇ ਮਾਤਾ ਗੁਜਰੀ ਜੀ ਦੇ ਅੰਤਿਮ ਸੰਸਕਾਰ ਲਈ ਉਹ ਜਗ੍ਹਾ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਉਹ ਖਰੀਦੀ ਗਈ ਤਾਂ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਦੀਵਾਨ ਟੂਡਰਮਲ ਹੋਰਾਂ ਦਾ ਜਿਹੜਾ ਨਾਮ ਹੈ ਉਹ ਦਰਜ ਹੈ ਕਿਉਂਕਿ ਦੁਨੀਆ ਦੇ ਸਭ ਤੋਂ ਪਹਿਲੇ ਇਨਸਾਨ ਸੀ ਸਖਸ਼ ਸੀ ਜਿਨ੍ਹਾਂ ਨੇ ਐਨੀ ਮਹਿੰਗੀ ਜ਼ਮੀਨ ਆ ਜਿਹੜੀ ਉਹ ਖਰੀਦੀ ਸੀ ਇੱਕ ਸੇਵਾ ਦੇ ਲਈ ਇੱਕ ਪਿਆਰ ਦੇ ਲਈ ਕਿਉਂਕਿ ਸਿੱਖ ਗੁਰੂਆਂ ਦੇ ਨਾਲ ਪਿਆਰ ਸੀ ਅਨੰਨ ਪਿਆਰ ਸੀ ਜਦੋਂ ਮੁਸੀਬਤ ਦਾ ਸਮਾਂ ਦੇਖਿਆ ਗਿਆ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਸ਼ਹੀਦ ਕਰਕੇ ਉਹਨਾਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਸੀ ਜਦੋਂ ਸਟਵਾ ਦਿੱਤੇਆਂ ਗਈਆਂ ਕੋਈ ਉਹਨਾਂ ਦਾ ਜਿਹੜਾ ਉਹਨਾਂ ਨੂੰ ਸਾਂਭਣ ਦੇ ਲਈ ਮੂਰੇ ਨਹੀਂ ਆਇਆ ਤਾਂ ਉਥੇ دیਵਾਨ ਟੂਡਰ ਮਲਹੋਰੀ ਨੇ ਜਿਹੜੇ ਉਹੋ ਸਾਹਮਣੇ ਆਏ ਸ਼ਰਤ ਨੂੰ ਕਬੂਲਿਆ ਸ਼ਰਤੇ ਰੱਖੀ ਗਈ ਕਿ ਜਗ੍ਹਾ ਜਿਹੜੀ ਖਰੀਦਣੀ ਪਵੇਗੀ ਜਗਾ ਖਰੀਦੀ ਗਈ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਦੀ ਸਭ ਤੋਂ ਮਹਿੰਗੀ ਜਗਾ ਜਿਹੜੀ دیਵਾਨ ਟੋਡਰਮਲ ਹੋਰਾਂ ਨੇ ਜਿਹੜੀ ਖਰੀਦੀ ਸੀ ਤਾਂ ਅੱਜ ਉਹਨਾਂ ਦਾ ਰਹਿਣ ਬਸੇਰਾ ਸੀ ਜਿਹੜਾ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਨਾਲ ਸਾਂਝਾ ਕੀਤਾ ਉਸ ਹਵੇਲੀ ਦੇ ਦਰਸ਼ਨ ਕਰਵਾਏ ਨੇ ਜਿੱਥੇ دیਵਾਨ ਟੋਡਰਮਲ ਹੋਰੀ ਨੇ ਜਿਹੜੇ ਉਹ ਰਹਿੰਦੇ ਹੁੰਦੇ ਸੀ